ਬਹੁਤ 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 ਧੰਨਵਾਦ। ਆਪਣੇ ਜਜ਼ਬਾਤਾਂ ਨੂੰ ਜ਼ਾਹਿਰ ਕਰਨ ਲਈ ਮੋਗੇ ਦੀ ਇਸ ਇਨਕਲਾਬੀ ਅਤੇ ਪਵਿੱਤਰ ਧਰਤੀ ਅਤੇ ਆਲੇ ਦੁਆਲੇ ਤੋਂ ਆਏ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਸਾਡੇ ਆਮ ਆਦਮੀ ਪਾਰਟੀ ਦੇ ਮੰਚ ਦੇ ਉੱਤੇ ਬੈਠੇ ਜਨਰਲ ਸੈਕਟਰੀ ਦੇਸ਼ ਦੇ ਅਤੇ ਸਾਰੇ ਦੇਸ਼ ਦਾ ਸੰਗਠਨ ਜਿਹੜਾ ਉਹਨੂੰ ਇੱਕ ਸੂਈ ਦੇ ਵਾਂਗ ਇੱਕ ਮਾਲਾ 'ਚ ਪਰੋਣ ਦਾ ਕੰਮ ਕਰਨ ਵਾਲੇ ਆਈ ਆਈ ਟੀ ਦੇ ਪ੍ਰੋਫੈਸਰ ਦੀ ਨੌਕਰੀ ਛੱਡ ਕੇ ਦੇਸ਼ ਦੇ ਹਿੱਤ ਦੇ ਵਿੱਚ ਆਪਣਾ ਸਭ ਕੁਛ ਨਿਸ਼ਾਵਰ ਕਰਨ ਵਾਲੇ ਸਾਡੇ ਰਾਜ ਸਭਾ ਦੇ ਮੈਂਬਰ ਡਾਕਟਰ ਸੰਦੀਪ ਪਾਠਕ ਜੀ, ਸਾਡੇ ਪੰਜਾਬ ਦੇ ਜਨਰਲ ਸੈਕਟਰੀ ਅਤੇ ਮੰਡੀਕਰਨ ਬੋਰਡ ਦੇ ਚੇਅਰਮੈਨ ਬਰਸਟ ਸਾਹਿਬ, ਸਾਡੇ ਇੱਕ ਨਿਹਾਇਤੀ ਸ਼ਰੀਫ ਅਤੇ ਇੱਕ ਨਿਹਾਇਤੀ ਇਮਾਨਦਾਰ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਅਤੇ ਜਿਨ੍ਹਾਂ ਨੇ ਬਹੁਤ ਵੱਡੇ ਹੰਕਾਰ ਦੇ ਕਿਲੇ ਢਾਹੇ, ਸ਼੍ਰੀ ਗੁਰਮੀਤ ਖੁੱਡੀਆਂ ਜੀ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਹਰਾਇਆ, ਅਤੇ ਅੱਜ ਕੱਲ੍ਹ ਬਠਿੰਡੇ ਤੋਂ ਸਾਡੇ ਇੱਕ ਵਾਰੀ ਫੇਰ ਉਸੇ ਟੱਬਰ ਨਾਲ ਫੇਰ ਉਹੀ ਪੰਗਾ ਅਤੇ ਫੇਰ ਉਹੀ ਰਿਜ਼ਲਟ ਦੀ ਉਮੀਦ ਰੱਖ ਕੇ ਇੱਥੇ ਬੈਠੇ ਹਾਂ ਸ਼੍ਰੀ ਗੁਰਮੀਤ ਖੁੱਡੀਆਂ ਜੀ। ਮੇਰੇ ਕਾਲਜ ਤੋਂ ਪਲੱਸ ਵਨ ਤੋਂ ਦੋਸਤ ਅਤੇ ਇੱਕ ਬਹੁਤ ਹੀ ਗਰੀਬ ਪਰਿਵਾਰ ਚੋਂ ਉੱਠ ਕੇ, ਨਹੀਂ ਪਤਾ ਸੀ ਕਿ ਅਗਲੇ ਡੰਗ ਦੀ ਰੋਟੀ ਮਿਲੂਗੀ ਜਾਂ ਨਹੀਂ, ਪਰ ਪਰਮਾਤਮਾ ਨੇ ਕਲਾ ਦਿੱਤੀ ਸੀ, ਕਿਉਂਕਿ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਅਤੇ ਜਿਹੜਾ ਦੁੱਖ ਦਿੰਦਾ ਹੌਸਲਾ ਵੀ ਦਿੰਦਾ, ਅਤੇ ਬਹੁਤ ਸੰਘਰਸ਼ਾਂ 'ਚੋਂ ਜ਼ਿੰਦਗੀ ਕੱਢ ਕੇ ਅੱਜ ਇਸ ਮੁਕਾਮ 'ਤੇ ਪਹੁੰਚੇ ਨੇ। ਅਤੇ ਫਰੀਦਕੋਟ ਤੋਂ ਸਾਡੇ ਉਮੀਦਵਾਰ ਨੇ ਪਾਰਟੀ ਦੇ ਕਰਮਜੀਤ ਅਨਮੋਲ ਜੀ, ਸਾਡੇ ਪੰਜਾਬ ਦੇ ਅੱਜ ਦੀ ਵਿਧਾਨ ਸਭਾ ਦੇ ਸਭ ਤੋਂ ਵੱਧ ਪੜ੍ਹੇ ਲਿਖੇ, ਇਹਨਾਂ ਨੇ ਵੀ ਇੱਕ ਗਰੀਬ ਪਰਿਵਾਰ 'ਚੋਂ ਉੱਠ ਕੇ ਪੜ੍ਹਾਈਆਂ ਕੀਤੀਆਂ, ਦੁਸ਼ਵਾਰੀਆਂ ਝੱਲੀਆਂ, 6 MA ਕੀਤੀਆਂ, 6 ਟਾਈਮ MA ਨੇ ਸਾਡੇ ਕਾਰਜਕਾਰੀ ਪ੍ਰਧਾਨ ਨੇ ਬੁਢਲਾਡੇ ਤੋਂ MLA ਨੇ ਸ਼੍ਰੀ ਬੁੱਧ ਰਾਮ ਜੀ, ਅਤੇ ਨਾਲ ਸਾਡੇ ਯੂਥ ਦੇ ਵਿੱਚ IAS ਦੀ ਤਿਆਰੀ ਕਰ ਰਹੇ ਸੀ, DC ਬਣਨਾ ਜਾਂ ਕੋਈ ਅਫਸਰ ਬਣਨਾ, ਤਿਆਰੀ ਦੇ ਦੌਰਾਨ ਹੀ ਆਮ ਆਦਮੀ ਪਾਰਟੀ ਦੀ ਸਥਾਪਨਾ ਹੋ ਗਈ। ਫਿਰ ਉਹਨਾਂ ਨੇ ਕਿਹਾ DC ਨਹੀਂ ਬਣਨਾ, ਪਹਿਲਾਂ ਦੇਸ਼ ਹੀ ਠੀਕ ਕਰ ਲਈਏ ਫਿਰ DC ਬਣ ਜਾਂਗੇ, ਅਤੇ ਅੱਜ ਕੱਲ੍ਹ DC ਉਹਨਾਂ ਨੂੰ ਸਲੂਟ ਮਾਰਦੇ ਆ। ਮੀਤ ਹੇਅਰ ਜੀ ਸਾਡੇ ਸਪੋਰਟਸ ਮਿਨਿਸਟਰ ਨੇ,
ਬਰਨਾਲੇ ਤੋਂ ਐਮਐਲਏ ਨੇ, ਬਾਕੀ ਸਾਰੇ ਐਮਐਲਏ ਸਾਹਿਬਾਨ ਮੈਨੂੰ ਨਜ਼ਰ ਆ ਰਹੇ ਨੇ, ਬਾਕੀ ਸਾਡੀ ਪਾਰਟੀ ਦੀ ਰੀੜ੍ਹ ਦੀ ਹੱਡੀ ਦਰਜਾ ਬਦਰਜਾ ਚੇਅਰਮੈਨ ਸਾਹਿਬਾਨ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਸਵੇਰੇ 10 ਵਜੇ ਮੋਗੇ ਵਾਸਤੇ ਚੱਲਿਆ ਚੰਡੀਗੜ੍ਹੋਂ ਅਤੇ 2 ਵਜੇ ਦੇ ਲਗਭਗ ਪਹੁੰਚਿਆ, 2:15। ਕਾਰਨ ਉਹਦਾ ਇਹ ਹੈ, ਰਾਸਤਾ ਇੰਨਾ ਨਹੀਂ ਹੈਗਾ, ਕਾਰਨ ਇਹ ਹੈ ਕਿ ਪਹਿਲਾਂ ਪੁਲਿਸ ਲੱਗ ਜਾਂਦੀ ਹੈ, ਪ੍ਰੋਟੋਕੋਲ ਹੈ, ਅੱਧਾ ਪੌਣਾ ਘੰਟਾ ਪਹਿਲਾਂ ਪੁਲਿਸ ਵਾਲੇ ਡਿਊਟੀ 'ਤੇ ਖੜ ਜਾਂਦੇ ਆ, ਤਾਂ ਲੋਕ ਕਈ ਵਾਰੀ ਉਹਨਾਂ ਨਾਲ ਗੱਲ ਕਰਨ ਲੱਗ ਜਾਂਦੇ ਆ ਚਾਹ ਪਾਣੀ ਪਿਆ ਕੇ, ਵੀ ਕੌਣ ਲੰਘ ਰਿਹਾ ਜੀ, ਉੱਥੋਂ ਪਤਾ ਲੱਗ ਜਾਂਦਾ ਜੀ ਭਗਵੰਤ ਮਾਨ ਲੰਘ ਰਿਹਾ ਹੈ। ਤਾਂ ਮੈਨੂੰ ਘੱਟੋ ਘੱਟ 8 ਤੋਂ 10 ਜਗ੍ਹਾ 'ਤੇ ਲੋਕ ਇਕੱਠੇ ਹੋ ਕੇ ਜਦੋਂ ਐਂ ਹੱਥ ਦਿੰਦੇ ਨੇ ਅਤੇ ਜਦੋਂ ਮੁੱਖ ਮੰਤਰੀ ਦੀ ਗੱਡੀ ਖੜ ਜਾਂਦੀ ਹੈ ਤਾਂ ਲੋਕਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਕਿ ਅਸੀਂ ਮੁੱਖ ਮੰਤਰੀ ਨੂੰ ਵੀ ਐਂ ਕਰਕੇ ਰੋਕ ਸਕਦੇ ਹਾਂ। ਸੋ ਮੈਂ 8-10 ਜਗ੍ਹਾ 'ਤੇ ਆਉਂਦੇ ਹੋਏ ਲੋਕਾਂ ਨੂੰ ਮਿਲਦਾ ਹੋਇਆ ਆਇਆ, ਤਾਂ ਕਰਕੇ ਟਾਈਮ ਲੱਗ ਗਿਆ। ਤੁਸੀਂ ਜਾਂਦੇ ਹੋਏ ਹੁਣ ਵੀਡੀਓ ਦੇਖ ਲਓਗੇ, ਕਿਉਂਕਿ ਲੋਕ ਨਾਲ ਦੀ ਨਾਲ ਵੀਡੀਓ ਵੀ ਬਣਾਉਣ ਲੱਗ ਜਾਂਦੇ ਆ। 8-10 ਜਗ੍ਹਾ 'ਤੇ ਰੁਕਿਆ, 8-10 ਜਗ੍ਹਾ 'ਤੇ ਇੱਕੋ ਹੀ ਚੀਜ਼ ਸਾਂਝੀ ਜਿਹੜੀ ਸੁਣਨ ਨੂੰ ਮਿਲੀ ਕਿ ਜੀ 2 ਸਾਲਾਂ 'ਚ ਤੁਸੀਂ ਕਰਤਾ, ਦੂਜੇ ਪਾਸੇ ਵਾਲੇ 70 ਸਾਲਾਂ 'ਚ ਨਹੀਂ ਕਰ ਸਕੇ। ਕੋਈ ਕਹਿੰਦਾ ਮੇਰੇ ਭਤੀਜੇ ਨੂੰ ਨੌਕਰੀ ਮਿਲ ਗਈ, ਕੋਈ ਕਹਿੰਦਾ ਜੀ ਸਾਡੇ ਪਿੰਡ 4 ਨੌਕਰੀਆਂ ਮਿਲ ਗਈਆਂ, ਕੋਈ ਕਹਿੰਦਾ ਜੀ 25 ਸਾਲ ਬਾਅਦ ਸਾਡੇ ਪਿੰਡ ਕੱਸੀਆਂ ਦਾ ਪਾਣੀ ਪਹੁੰਚ ਗਿਆ। ਇੱਕ ਨੇ ਕੱਲ ਉਹ ਕਹੀ, ਉਹ ਕਹਿੰਦਾ ਜੀ ਸਾਰੀ ਕਣਕ ਪੱਕ ਗਈ, ਬਸ 2-4 ਦਿਨਾਂ ਨੂੰ ਹੁਣ ਕਣਕ ਵੱਢਾਂਗੇ। ਪਹਿਲੀ ਵਾਰ ਹੋਇਆ ਕਿ ਸਾਰੀ ਕਣਕ ਪਕਾਉਣ ਵੇਲੇ ਇੱਕ ਵਾਰੀ ਵੀ ਸਾਨੂੰ ਰਾਤ ਨੂੰ ਖੇਤ ਨਹੀਂ ਜਾਣਾ ਪਿਆ ਜੀ, ਬਿਜਲੀ 'ਤੇ ਨਹੀਂ ਆਈ ਜਾਂਦੀ ਹੈ। ਫਿਰ ਬਿਜਲੀ ਦੇ ਬਿੱਲ ਬਾਰੇ ਗੱਲ ਚੱਲ ਪਈ, ਇੱਕ ਤਾਂ ਬਿੱਲ ਨਹੀਂ ਖੜਾ ਸੀ, ਕਹਿੰਦਾ ਜੀ ਮੈਨੂੰ ਐਂ ਸੀ ਵੀ 2-3 ਮਹੀਨੇ ਹੀ ਜ਼ੀਰੋ ਕਰਨਗੇ, ਬਾਅਦ 'ਚ ਫਿਰ ਕਹਿੰਦੇ ਨੇ ਉੱਥੇ ਆ ਜਾਂਦਾ। ਕਹਿੰਦਾ ਜੀ ਇਹ ਤਾਂ ਹਟਦੇ ਹੀ ਨਹੀਂ ਆਉਣੋ ਜ਼ੀਰੋ ਬਿੱਲ। ਮੈਂ ਕਿਹਾ ਵੀ ਇਹ ਤਾਂ ਹੁਣ ਅਸੀਂ ਆਉਣਗੇ। ਕਹਿੰਦਾ ਵੀ ਮੈਂ ਨਹੀਂ ਸੋਚਿਆ ਸੀ ਕਦੇ ਕਿ ਬਿਜਲੀ ਦਾ ਬਿੱਲ ਜ਼ੀਰੋ ਆਊਗਾ। ਪਿਛਲੇ 2 ਮਹੀਨੇ ਪਹਿਲਾਂ ਦੀ ਗੱਲ ਹੈ, ਮੈਨੂੰ ਇੱਕ ਦੋਜੀ ਮਿਲਿਆ। ਦੇਖੋ ਗੱਲ ਕਿੱਥੋਂ ਕਿੱਥੇ ਤੱਕ ਕਨੈਕਟ ਹੋ ਜਾਂਦੀ ਹੈ। ਉਹ ਕਹਿੰਦਾ ਜੀ ਮੈਂ ਦੁੱਧ ਦਾ ਕੰਮ ਕਰਦਾ, ਮੇਰਾ ਲੋਕ 3 ਮਹੀਨਿਆਂ ਬਾਅਦ ਜਾਂ 4 ਮਹੀਨਿਆਂ ਬਾਅਦ ਹਿਸਾਬ ਕਰਦੇ ਸੀ ਇਕੱਠੇ ਹੀ। ਅਚਾਨਕ ਕਹਿੰਦਾ ਕੀ ਹੋਇਆ ਕਿ ਮੈਨੂੰ ਹਰੇਕ ਮਹੀਨੇ ਪੈਸੇ ਦੇਣ ਲੱਗ ਗਏ ਲੋਕ। ਕਹਿੰਦਾ ਮੈਂ ਲੋਕਾਂ ਨੂੰ ਪੁੱਛਿਆ ਵੀ ਮੇਰਾ ਤਾਂ ਦੁੱਧ ਵੀ ਉਹੀ ਹੈ, ਢੋਲੀ ਵੀ ਉਹੀ ਹੈ, ਲੀਟਰ ਵੀ ਉਹੀ ਹੈ, ਮੋਟਰਸਾਈਕਲ ਵੀ ਉਹੀ ਹੈ, ਅਤੇ ਪਹਿਲਾਂ 4 ਮਹੀਨੇ ਬਾਅਦ ਹਿਸਾਬ ਕਰਦੇ ਸੀ, ਹੁਣ ਹਰੇਕ ਮਹੀਨੇ ਪੈਸੇ ਕਿਉਂ ਦੇਣ ਲੱਗ ਗਏ। ਉਹ ਕਹਿੰਦਾ ਲੋਕ ਮੈਨੂੰ ਕਹਿੰਦੇ ਸਾਡਾ ਬਿਜਲੀ ਦਾ ਬਿੱਲ ਉਦੋਂ ਹਟ ਗਿਆ, ਅਸੀਂ ਫਿਰ ਹੁਣ ਤੇਰਾ ਹਿਸਾਬ ਕਰਨ ਲੱਗ ਗਏ। ਕਿੱਥੇ ਜਾ ਕੇ ਗੱਲ ਕਿੱਥੇ ਜੁੜਦੀ ਹੈ। ਸੋ ਵੀਰੋ ਇਹ ਤਾਂ ਗੱਲਾਂ ਉਹਨਾਂ ਨੇ ਦੱਸੀਆਂ ਨੇ ਕਿ ਜੀ ਸਾਡੇ ਘਰੇ ਰਾਸ਼ਨ ਪਹੁੰਚਣ ਲੱਗ ਗਿਆ, ਸਾਡੇ ਰਜਿਸਟਰੀ ਬੋਰਡ ਥੱਲੇ ਹੋ ਗਈ, ਮੇਰੇ ਆਧਾਰ ਕਾਰਡ ਦਾ ਕੰਮ ਕਈ ਸਾਲਾਂ ਤੋਂ ਫਸਿਆ ਹੋਇਆ ਸੀ, ਮੇਰੇ ਘਰੇ ਆ ਕੇ ਕਰਕੇ ਗਏ ਜੀ ਕੰਮ। ਇਹ ਤਾਂ ਉਹਨਾਂ ਨੇ ਦੱਸੀਆਂ ਨੇ, ਔਰ ਜਦੋਂ ਉਹ ਦੱਸਦੇ ਆ ਤਾਂ ਫਿਰ ਸੱਚੀਆਂ ਨੇ, ਕਿਉਂਕਿ ਮੈਂ ਕਿਹੜਾ ਉਹਨਾਂ ਨੂੰ ਕੋਈ ਸਕ੍ਰਿਪਟ ਲਿਖ ਕੇ
ਖੜਾਇਆ ਸੀ, ਮੈਨੂੰ ਤਾਂ ਆਪ ਨਹੀਂ ਪਤਾ ਸੀ ਵੀ ਕਿੱਥੇ ਖੜਨਾ ਪਊਗਾ ਤੇ ਕੀ ਕਹਿਣਗੇ ਲੋਕ। ਆਪਾਂ ਨਹੀਂ ਕੰਮ ਕਰਦੇ ਉਹ ਵੀ ਦਿਹਾੜੀ ਤੇ ਬੰਦੇ ਲੈ ਜਾਓ ਕਹੀ ਜਾਣ ਮੋਦੀ ਮੋਦੀ, ਇਹ ਕੰਮ ਆਪਣਾ ਨਹੀਂ ਹੈਗਾ। ਆਪਣੇ ਤਾਂ ਦਿਲੋਂ ਉੱਥੇ ਤਾੜੀਆਂ ਵੱਜਦੀਆਂ, ਦਿਲੋਂ ਵੱਜਦੀਆਂ ਆਪਣੇ ਤਾਂ। ਸੋ ਇਸ ਕਰਕੇ ਫਰਕ ਹੁੰਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਜਦੋਂ 2020 ਦਾ ਇਲੈਕਸ਼ਨ ਚੱਲ ਰਿਹਾ ਸੀ ਦਿੱਲੀ 'ਚ, ਤੁਸੀਂ ਬਹੁਤ ਸਾਰੇ ਲੋਕ ਦਿੱਲੀ ਗਏ ਹੋਵੋਗੇ, ਉਦੋਂ ਪ੍ਰਚਾਰ ਚੱਲ ਰਿਹਾ ਸੀ ਤਾਂ ਰਾਮਲੀਲਾ ਗਰਾਊਂਡ ਦੇ ਵਿੱਚ ਮੋਦੀ ਜੀ ਦੀ ਰੈਲੀ ਸੀ, ਬਹੁਤ ਘੱਟ ਸੀ। ਮੈਂ ਤੇ ਕੇਜਰੀਵਾਲ ਸਾਹਿਬ ਅਸੀਂ ਦੇਖ ਰਹੇ ਸੀ ਇੱਕ ਜਗ੍ਹਾ ਤੇ ਬਹਿ ਕੇ, ਇਕੱਠ ਬਹੁਤ ਸੀ। ਅਚਾਨਕ ਨਾਰੇ ਲੱਗਣ ਲੱਗ ਗਏ ਤਾਂ ਮੈਂ ਕੇਜਰੀਵਾਲ ਸਾਹਿਬ ਨੂੰ ਕਿਹਾ ਕਿ ਅਰਵਿੰਦ ਜੀ ਸਹੁੰ ਚੁੱਕਣ ਦੀ ਤਿਆਰੀ ਕਰ ਲਓ, ਜਿੱਤਾਂਗੇ। ਉਹ ਕਹਿੰਦੇ ਆਪਕੋ ਕੈਸੇ ਪਤਾ? ਮੈਂ ਕਿਹਾ ਜੀ ਨਾਰੇ ਲਾਉਣ ਤੋਂ ਪਤਾ ਲੱਗ ਜਾਂਦਾ। ਕਹਿੰਦੇ ਨਾਰੇ ਤੋਂ ਅੱਛੇ ਲੱਗ ਰਹੇ ਹੈ। ਮੈਂ ਕਿਹਾ ਜੀ ਅੱਛੇ ਲੱਗ ਰਹੇ ਤਾਂ ਠੀਕ ਹੈ, ਨਾਰੇ ਲੱਗ ਕਿਹੜੇ ਤਰੀਕੇ ਨਾਲ ਰਹੇ ਨੇ ਇਸ ਗੱਲ ਤੋਂ ਪਤਾ ਲੱਗ ਜਾਂਦਾ। ਕਹਿੰਦੇ ਕੈਸੇ? ਮੈਂ ਕਿਹਾ ਜੀ ਨਾਰੇ ਲਾਉਣ ਵਾਲਿਆਂ ਦਾ ਜਿਹੜਾ ਅੰਦਾਜ਼ ਹੈ ਉਹ ਦੱਸੀ ਜਾਂਦਾ ਕਿ ਬੱਦਲਬਾਈ ਠੀਕ ਨਹੀਂ ਹੈਗੀ। ਉਹ ਕਹਿੰਦੇ ਵੀ ਕਿਵੇਂ? ਮੈਂ ਕਿਹਾ ਜੀ ਸਟੇਜ ਤੋਂ ਨਾਰਾ ਲੱਗ ਰਿਹਾ ਸੀ ਹਰ ਹਰ ਮੋਦੀ, ਤੇ ਲੋਕ ਨਾਰਾ ਲਾ ਰਹੇ ਸੀ ਹਰ ਹਰ ਮੋਦੀ। ਮੈਂ ਕਿਹਾ ਜੀ ਹੱਥ ਤਾਂ ਨੂੰ ਜਾਂਦਾ, ਗਰਦਨ ਥੱਲੇ ਨੂੰ ਜਾਂਦੀ ਹੈ। ਇਹ ਦਿਹਾੜੀ ਤੇ ਆਏ ਹੋਏ ਨੇ, ਇਹ ਵੋਟ ਨਹੀਂ ਪਾਉਂਦੇ, ਵੋਟ ਨਹੀਂ ਪਾਉਂਦੇ। ਨਾਰਾ ਜਦੋਂ ਲੱਗਦਾ ਸੱਚੇ ਦਿਲੋਂ, ਉਦੋਂ ਹੱਥ ਵੀ ਤਾਂ ਨੂੰ ਤੇ ਗਰਦਨ ਵੀ ਤਾਂ ਨੂੰ ਜਾਂਦੀ ਹੈ। ਮੈਂ ਹੁਣ ਇਹੀ ਚੀਜ਼ ਤੁਹਾਡੇ ਤੋਂ ਟੈਸਟ ਕਰਕੇ ਦੇਖਣੀ ਚਾਹੁੰਦਾ। ਮੈਂ ਇਨਕਲਾਬ ਕਹੂੰਗਾ ਤੇ ਤੁਸੀਂ ਜਿੰਦਾਬਾਦ ਕਹੋਗੇ, ਇਨਕਲਾਬ। ਤੁਸੀਂ ਭਗਤ ਸਿੰਘ ਹੋਰਾਂ ਦੇ ਜਿੰਨੇ ਵੀ ਬੁੱਤ ਦੇਖੋਗੇ ਨਾ, ਉਹ ਚਾਹੇ ਹੁੰਦੇ ਹਮੇਸ਼ਾ ਐਸ। ਸੋ ਪੰਜਾਬੀਆਂ ਦਾ ਜਿਹੜਾ ਨਾਰਾ ਲਾਉਣ ਦਾ ਤਰੀਕਾ ਉਹ ਦੱਸ ਦਿੰਦਾ ਹੈ ਕਿ ਭਾਈ ਗੱਲ ਕਿੱਧਰ ਨੂੰ ਜਾ ਰਹੀ ਹੈ। ਇਹਨਾਂ ਨੂੰ ਇਹ ਗਲਤ ਫਹਿਮੀ ਹੋ ਗਈ, ਭਾਜਪਾ ਨੂੰ ਗਲਤ ਫਹਿਮੀ ਹੋ ਗਈ, ਕੇਜਰੀਵਾਲ ਨੂੰ ਅੰਦਰ ਕਰ ਦਿਓ ਆਮ ਆਦਮੀ ਪਾਰਟੀ ਖਤਮ ਹੋ ਜੂ। ਇਹਨਾਂ ਨੂੰ ਇਹ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਂ ਨਹੀਂ, ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਂ ਹੈ। ਤੁਸੀਂ ਬੰਦੇ ਨੂੰ ਫੜ ਕੇ ਤਾਂ ਅੰਦਰ ਕਰ ਦੋਗੇ, ਸੋਚ ਨੂੰ ਕਿਵੇਂ ਕੈਦ ਕਰੋਗੇ, ਸੋਚ ਨੂੰ ਕਿਵੇਂ ਕੈਦ ਕਰੋਗੇ? ਤੇ ਨਾਲ ਇਹ ਵੀ ਨਹੀਂ ਪਤਾ ਕਿ ਪਾਰਟੀ ਪੰਜਾਬ 'ਚ ਹੈ ਤੇ ਪੰਜਾਬ ਦਰਿਆਵਾਂ ਦੀ ਧਰਤੀ ਹੈ ਤੇ ਦਰਿਆਵਾਂ ਨੂੰ ਕੋਈ ਨੱਕੇ ਨਹੀਂ ਲਾ ਸਕਦਾ, ਦਰਿਆ ਆਪਦਾ ਰਸਤਾ ਆਪ ਬਣਾਉਂਦੇ ਆ। ਜਿਸ ਤਰ੍ਹਾਂ ਡਾਕਟਰ ਸੰਦੀਪ ਪਾਠਕ ਜੀ ਨੇ ਦੱਸਿਆ, ਅਸੀਂ ਬੜੀਆਂ ਲੜਾਈਆਂ ਲੜੀਆਂ, ਸਾਡੇ ਪੁਰਖਿਆਂ ਨੇ ਮਜ਼ਲੂਮਾਂ ਦੇ ਹੱਕ 'ਚ ਬਹੁਤ ਲੜਾਈਆਂ ਲੜੀਆਂ, ਜ਼ੁਲਮਾਂ ਦੇ ਖਿਲਾਫ ਸਰਬੰਸ ਵਾਰੇ ਹੋਏ ਨੇ। ਅਸੀਂ ਉਹ ਲੋਕ ਹਾਂ, ਅਸੀਂ ਸ਼ਹੀਦ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਹੋਰਾਂ ਦੇ ਵਾਰਸ ਹਾਂ। ਆ ਨਾਲ ਹੀ ਟੁੱਡੀ ਕੇ ਧਰਤੀ ਹੈ ਲਾਲਾ ਲਾਜਪਤ ਰਾਏ ਦੀ। ਅਸੀਂ ਉਹ ਹਾਂ ਜਿਹੜੇ ਵੱਡੀਆਂ ਵੱਡੀਆਂ ਤਾਕਤਾਂ ਨਾਲ, ਇਕੱਲੇ ਨਾਰਿਆਂ ਨਾਲ ਹੀ, ਇਕੱਲੀ ਮੁੱਠੀ ਬੰਦ ਕਰਕੇ ਲੜ ਸਕਦੇ ਹਾਂ ਤੇ ਉਹਨਾਂ ਨੂੰ ਵਾਪਸ ਭੇਜ ਸਕਦੇ ਹਾਂ ਕਿ ਸਾਡਾ ਮੁਲਕ ਛੱਡ ਕੇ ਜਾਓ। ਸੋ ਗਲਤ ਫਹਿਮੀ 'ਚ ਨੇ ਇਹ ਬੀਜੇਪੀ ਵਾਲੇ ਕਿ ਉਹ ਕਿਸੇ ਬੰਦੇ ਨੂੰ ਕੈਦ ਕਰ ਲੈਣਗੇ। ਅਰਵਿੰਦ ਕੇਜਰੀਵਾਲ ਜੀ ਨੇ ਅੰਦੋਲਨ 'ਚੋਂ ਪਾਰਟੀ ਕੱਢੀ ਹੈ, ਅੰਦੋਲਨ 'ਚੋਂ। ਇੱਕ ਅਰਵਿੰਦ ਕੇਜਰੀਵਾਲ ਬੰਦਾ ਐਸਾ ਹੈ ਜਿਹਨੇ ਕਹਿ ਜਿਹੜਾ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਕਿਉਂ ਨਹੀਂ ਚੇਅਰਮੈਨ ਬਣਾਇਆ ਜਾ ਸਕਦਾ, ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਕਿਉਂ ਨਹੀਂ ਟਿਕਟਾਂ ਮਿਲ ਸਕਦੀਆਂ,
ਆਮ ਲੋਕਾਂ ਦੇ ਧੀਆਂ ਪੁੱਤ ਉਹ ਕਿਉਂ ਨਹੀਂ ਵੱਡੇ ਵੱਡੇ ਅਹੁਦਿਆਂ ਤੇ ਬੈਠ ਸਕਦੇ? ਇਹਨਾਂ ਨੇ ਠੇਕਾ ਲੈ ਲਿਆ ਕਿ ਇਹਨਾਂ ਦੀ ਪੁੱਤ ਭਤੀਜੇ ਸਾਲੇ ਜੀਜੇ ਇਹੀ ਚੱਲਣਗੇ? ਐਂ ਥੋੜੀ ਚੱਲੂਗਾ। ਉੱਥੋਂ ਸ਼ੁਰੂ ਹੋਇਆ ਕੰਮ, ਦਿੱਲੀ ਤੋਂ ਉਹੀ ਆਵਾਜ਼ ਪਹੁੰਚੀ ਪੰਜਾਬ। ਅੱਜ ਪੰਜਾਬ ਦੇ ਵਿੱਚ 92 MLA ਹੈ, 92 ਚੋਂ 80 ਪਹਿਲੀ ਵਾਰ ਜਿੱਤੇ ਹੋਏ ਹੈ, 80, ਔਰ ਆਮ ਲੋਕਾਂ ਦੇ ਧੀਆਂ ਪੁੱਤ ਹੈ। ਆਮ ਲੋਕਾਂ ਆਹੀ ਤਾਂ ਇਹਨਾਂ ਨੂੰ ਪੰਗਾ ਹੈ, ਆ ਵਿਰੋਧੀ ਪਾਰਟੀਆਂ ਨੂੰ ਇਹੀ ਸਿਆਪਾ ਹੈ ਕਿ ਯਾਰ ਆਮ ਲੋਕਾਂ ਦੇ ਧੀਆਂ ਪੁੱਤ ਇੱਥੇ ਆ ਕੇ ਕਿਉਂ ਬਹਿ ਗਏ? ਸੁਲਤਾਨਪੁਰ ਲੋਧੀ ਦਾ ਇੱਕ ਰੇਹੜੀ ਲਾਉਣ ਵਾਲਾ, ਸਬਜ਼ੀ ਦੀ ਰੇਹੜੀ ਲਾਉਣ ਵਾਲੇ ਨੂੰ ਅਚਾਨਕ ਅਖਬਾਰਾਂ ਤੇ ਟੀਵੀ ਵਾਲੇ ਆ ਗਏ। ਉਹਨੇ ਆਖਿਆ ਕਿਤੇ ਮੇਰੀ ਰੇਹੜੀ ਤੋਂ ਕੋਈ ਗਲਤ ਸੌਦਾ ਨਾ ਵਿਕ ਗਿਆ ਹੋਵੇ। ਉਹ ਕਹਿੰਦੇ ਦੱਸੋ, ਕਹਿੰਦੇ ਤੁਹਾਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਤਾ, ਕੀ ਕਹਿਣਾ ਚਾਹੋਗੇ? ਉਹ ਕਹਿੰਦੇ ਮੈਨੂੰ ਲਾਤਾ? ਹਾਂਜੀ, ਆਮ ਆਦਮੀ ਪਾਰਟੀ ਨੇ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਤਾ ਤੁਹਾਨੂੰ, ਤੇ ਕਦੋਂ ਉਹਦਾ ਸੰਭਾਲੋਗੇ? ਉਹ ਕਹਿੰਦਾ ਮੈਂ ਪੂਰੇ ਦਿਨ ਦੀ ਸਬਜ਼ੀ ਲੈ ਕੇ ਆਇਆ ਸੀ, ਅੱਜ ਤਾਂ ਵੇਚ ਲੈਣ ਦਿਓ ਯਾਰ ਪੂਰੀ ਫਿਰੇ ਮੈਨੂੰ। ਤੇ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਮਿਹਨਤ ਕਰਨ ਵਾਲੇ ਵਲੰਟੀਅਰ ਨੂੰ ਆਪ ਘਰੋਂ ਚੱਕ ਲਿਆਉਂਦੀ ਹੈ। ਫਿਕਰ ਨਾ ਕਰਿਓ, ਆਊਗੀ ਵਾਰੀ ਸਭ ਦੀ, ਦੇਰ ਸਵੇਰ ਹੋ ਸਕਦੀ ਹੈ। ਮੈਨੂੰ ਸਾਰਾ ਪਤਾ ਕਿ ਕਿਹੜੇ ਮੁੰਡੇ ਮੋਟਰਸਾਈਕਲਾਂ 'ਚ ਆਪਦਾ ਤੇਲ ਪਵਾ ਕੇ ਗੱਡੀ ਦੇ ਮੂਹਰੇ ਮੇਰੀ ਦੇ ਖੜਦੇ ਰਹੇ ਹੈ ਤੇ ਗੱਡੀਆਂ ਚਲਾਉਂਦੇ ਰਹੇ ਹੈ, ਮੈਨੂੰ ਹਾਰ ਪਾਉਂਦੇ ਰਹੇ ਹੈ। ਬਸ ਥੋੜ੍ਹਾ ਜਿਹਾ, ਕਿਉਂਕਿ ਕੰਟਰੋਲ ਕਰਨ 'ਚ ਟਾਈਮ ਲੱਗ ਜਾਂਦਾ, 70 ਸਾਲ ਪੁਰਾਣਾ ਤਾਣਾ ਬਾਣਾ ਸੀ, ਬਸ ਤੁਸੀਂ ਥੋੜ੍ਹਾ ਜਿਹਾ ਟਾਈਮ ਹੋਰ ਦੇ ਦਿਓ। ਕਈਆਂ ਤਾਂ ਬਹੁਤਿਆਂ ਨੂੰ ਤਾਂ ਲੱਗ ਗਈਆਂ, ਮਿਲ ਗਈਆਂ ਜ਼ਿੰਮੇਵਾਰੀਆਂ, ਸੰਗਠਨ 'ਚ ਵੀ ਮਿਲਣਗੀਆਂ, ਸਰਕਾਰ 'ਚ ਵੀ ਮਿਲਣਗੀਆਂ। ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਆ, ਅਹੁਦੇ ਨਹੀਂ ਮੁੱਕਦੇ ਹੁੰਦੇ, ਇੰਨੇ ਅਹੁਦੇ ਪਏ ਆ ਸਰਕਾਰਾਂ ਕੋਲੇ। ਤੇ ਤੁਹਾਡੀ ਵਾਰੀ ਕਿਉਂ ਨਹੀਂ ਆਉਣੀ ਚਾਹੀਦੀ? ਆਉਣੀ ਚਾਹੀਦੀ ਹੈ, ਸਭ ਦੀ ਵਾਰੀ ਆਉਣੀ ਚਾਹੀਦੀ ਹੈ, ਕੰਮ ਕਰਨ ਦੀ ਵਾਰੀ ਆਉਣੀ ਚਾਹੀਦੀ ਹੈ। ਹੋਰ ਕਿ ਕਾਹਦੇ ਵਾਸਤੇ ਮਿਹਨਤ ਕੀਤੀ ਹੈ? ਸਭ ਦੀ ਇੱਛਾ ਸ਼ਕਤੀ ਜਿਹੜੀ ਹੈ ਉਹ ਜਾਗਣੀ ਚਾਹੀਦੀ ਹੈ। ਬੜੀ ਮੁਸ਼ਕਲ ਨਾਲ ਤਾਂ ਆਮ ਲੋਕ ਇਸ ਗੱਲ ਲਈ ਹਾਮੀ ਭਰਨ ਲੱਗੇ ਨੇ ਕਿ ਮੈਂ ਵੀ ਚੇਅਰਮੈਨ ਬਣ ਸਕਦਾ, ਮੈਂ ਵੀ ਇਲੈਕਸ਼ਨ ਲੜ ਸਕਦਾ। ਨਹੀਂ ਤਾਂ ਇਹਨਾਂ ਨੇ ਆਪਦਾ ਠੇਕਾ ਹੀ ਲਿਆ ਹੋਇਆ ਸੀ, ਪੱਕਾ ਹੀ ਪਤਾ ਹੁੰਦਾ ਸੀ ਇੱਥੋਂ ਮਲੂਕਾ, ਇੱਥੋਂ ਭੂੰਦੜ, ਇੱਥੋਂ ਢੀਂਡਸਾ, ਇੱਥੋਂ ਭੱਟੜ, ਪਹਿਲੀ ਪੱਕਾ ਪਤਾ ਹੁੰਦਾ ਸੀ। ਹੁਣ ਆਮ ਆਦਮੀ ਪਾਰਟੀ ਹੈ, ਹਰੇਕ ਨੂੰ ਮੌਕਾ ਦਿੰਦੀ ਹੈ, ਤੁਸੀਂ ਵੀ ਐਫਰਟ ਕਰ ਸਕਦੇ ਹੋ, ਕਰੋ। ਹਾਂ, ਪਰ ਜਦੋਂ ਪਾਰਟੀ ਦਾ ਫੈਸਲਾ ਆ ਗਿਆ ਫਿਰ ਸਾਰੇ ਜਾਣੇ ਇੱਕ ਹੋ ਜਾਓ, ਫਿਰ ਇੱਕ, ਫਿਰ ਐਂ ਨਹੀਂ ਹੈਗਾ ਵੀ ਮੈਨੂੰ ਟਿਕਟ ਨਹੀਂ ਮਿਲੀ, ਚੱਲ ਫਿਰ ਇਹੀ ਜਿੱਤ ਲਏ, ਫਿਰ ਦੇਖਾਂਗੇ, ਫਿਰ ਕੌਣ ਹਾਰੂਗਾ, ਫਿਰ ਆਪਾਂ ਸਾਰੇ ਹਾਰਾਂਗੇ। ਸੋ ਇਸ ਕਰਕੇ ਕੋਈ ਸ਼ਿਕਵੇ ਸ਼ਿਕਾਇਤ ਜਿਵੇਂ ਸੰਦੀਪ ਨੇ ਕਿਹਾ ਹੋਣਗੇ, ਪਰਿਵਾਰ 'ਚ ਹੋ ਜਾਂਦੇ ਨੇ, ਉਹ ਸ਼ਿਕਵੇ ਸ਼ਿਕਾਇਤਾਂ ਨੂੰ ਭੁਲਾ ਕੇ ਪਹਿਲਾਂ ਆਪਾਂ 13-0 ਕਰੀਏ। ਪਰਿਵਾਰ ਦਾ ਮੁਖੀਆ ਮੈਂ ਹਾਂ ਔਰ ਮੈਂ ਤੁਹਾਡੇ ਹਰ ਵਕਤ ਹੱਕ 'ਚ ਖੜਦਾ, ਅਤੇ ਮੇਰੇ ਕੋਲ ਆ ਜਾਓ, ਆ ਆਏ ਹਾਂ ਜੀ। ਇੱਕ ਸਾਂਝੇ ਪਰਿਵਾਰ ਵਾਂਗੂ ਹੈ ਆਪਣਾ ਆਮ ਆਦਮੀ ਪਾਰਟੀ, ਆਪਣੀ ਸਾਂਝੇ ਪਰਿਵਾਰ ਵਾਂਗੂ ਹੈ। ਪਹਿਲਾਂ ਸਾਂਝੇ ਪਰਿਵਾਰਾਂ ਦਾ ਜੋ ਜ਼ਮਾਨਾ ਹੁੰਦਾ ਸੀ, ਸ਼ਾਮ ਤੱਕ ਜੋ ਲੜਾਈਆਂ ਪੜ੍ਹਾਈਆਂ ਹੋਣੀਆਂ ਛੋਟੀਆਂ ਮੋਟੀਆਂ ਨੰਦ ਭਰਜਾਈ 'ਚ ਜਾਂ ਜਵਾਕਾਂ 'ਚ, ਭੂਆ ਦੇ ਮੁੰਡੇ ਨਾਲ, ਮਾਮੇ ਦੇ ਮੁੰਡੇ ਨਾਲ, ਚਾਚੇ ਦੇ ਮੁੰਡੇ ਨਾਲ, ਉਹ ਸ਼ਾਮ ਨੂੰ ਰੋਟੀ ਖਾਣ ਵੇਲੇ ਦੱਸ ਦਿੰਦੇ, ਅਤੇ ਜਿਹੜਾ ਲਾਣੇਦਾਰ ਸੀ ਉਹ ਉਸੇ ਮੌਕੇ 'ਤੇ ਉਹਨੂੰ ਕਿਸੇ ਨੂੰ ਕਹਿੰਦਾ, ਓਏ ਨਹੀਂ ਚੱਲ ਮਾਫ਼ੀ ਮੰਗ, ਨਾ ਭਾਈ ਤੂੰ ਐਂ ਨਹੀਂ ਕਹਿਣਾ, ਨਾ ਭਾਈ ਘਰ ਦੀ ਇੱਜ਼ਤ ਦਾ ਖਿਆਲ ਕਰੋ। ਉਸੇ ਦਿਨ ਹੀ ਉਹ ਝਗੜੇ ਖਤਮ ਹੋ ਜਾਂਦੇ ਸੀ। ਇਸ ਕਰਕੇ ਲਾਣੇਦਾਰ ਦੇ ਤੌਰ 'ਤੇ ਮੈਂ ਤੁਹਾਨੂੰ ਕਹਿ ਰਿਹਾ, ਕੋਈ ਝਗੜਾ, ਕੋਈ ਸੁਝਾਅ, ਕੋਈ ਸ਼ਿਕਵਾ ਮੈਨੂੰ ਦੱਸ ਦਿਓ, ਮੈਂ ਇਸੇ ਕੰਮ 'ਤੇ ਹਾਂ। ਮੈਂ ਤਾਂ ਹੋਰ ਕੋਈ, ਮੈਂ ਤਾਂ ਹੁਣ ਇਸੇ ਕੰਮ ਤਾਂ ਆਇਆ। ਕਈ ਬੰਦੇ ਮੈਨੂੰ ਕਹਿੰਦੇ ਜੀ ਮੁੱਖ ਮੰਤਰੀ ਬਣ ਕੇ ਕਿਵੇਂ ਮਹਿਸੂਸ ਕਰ ਰਹੇ ਹੋ? ਮੈਂ ਕਿਹਾ ਜੀ ਮੈਂ ਹੱਥ ਬੰਨ ਕੇ ਇਹ ਕੰਮ ਲੋਕਾਂ ਤੋਂ ਮੰਗਿਆ,
ਕਿ ਕੰਮ ਮੈਨੂੰ ਦਿਓ, ਮੈਂ ਕਰੂੰਗਾ, ਕਰਕੇ ਦਿਖਾਊਂਗਾ। ਤੇ ਹੁਣ ਮੈਨੂੰ ਕੰਮ ਕਰਕੇ ਮੈਂ ਕੋਈ ਸਾਨ ਥੋੜ੍ਹੀ ਕਰ ਰਿਹਾ, ਮੈਂ ਮੁੱਖ ਮੰਤਰੀ ਬਣ ਕੇ 18-18 ਘੰਟੇ ਕੰਮ ਕਰਦਾ ਤੇ ਮੈਂ ਕੋਈ ਸਾਨ ਥੋੜ੍ਹੀ ਕਰ ਰਿਹਾ। ਇਹ ਕੰਮ ਮੈਂ ਮੰਗਿਆ, ਤੁਸੀਂ ਇਹ ਕੰਮ ਮੈਨੂੰ ਦਿੱਤਾ ਹੈ। 3.5 ਕਰੋੜ ਪੰਜਾਬੀਆਂ ਨੇ ਮੇਰੀ ਜ਼ਿੰਮੇਵਾਰੀ ਲਾਈ ਹੈ ਕਿ ਭਾਈ ਤੂੰ ਕੰਮ ਕਰ, ਤੇ ਕਰਾਂਗੇ। ਬਿਜਲੀ ਦੇ ਬਿੱਲਾਂ ਤੋਂ ਲੈ ਕੇ ਮੈਨੂੰ ਤਾਂ ਇਹ ਗੱਲ ਦੀ ਖੁਸ਼ੀ ਹੁੰਦੀ ਹੈ ਕਿਉਂਕਿ ਵਲੰਟੀਅਰ ਹੋ ਤੁਸੀਂ। ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਕਿਸੇ ਵੀ, ਜੇ ਤਾਂ ਤੋਂ ਕੋਈ ਗਲਤ ਫੈਸਲਾ ਹੋ ਗਿਆ ਲੈ ਤੁਸੀਂ ਤਾਂ 2-3 ਦਿਨ ਘਰੋਂ ਨਿਕਲਣੋਂ ਪਏ, ਕਿਉਂਕਿ ਮੂਹਰੋਂ ਲੋਕ ਕਹਿਣਗੇ ਹਾਂ ਕਿਵੇਂ ਆ ਆ ਕੀ। ਪਰ ਮੈਂ ਉੱਥੋਂ ਜਦੋਂ ਸਾਈਨ ਕਰਦਾ, ਮੈਂ ਲਾਈਟ ਮੱਥੇ ਲੱਗਦੀ ਹੈ, ਮੈਂ ਝੂਠ ਨਹੀਂ ਬੋਲਦਾ, ਮੈਂ ਜਦੋਂ ਸਾਈਨ ਕਰਦਾ ਮੈਂ ਉਦੋਂ ਇਹ ਦੇਖਦਾ ਹੁੰਦਾ ਇਸ ਫਾਈਲ 'ਤੇ ਸਾਈਨ ਕਰਨ ਨਾਲ ਜਿਹੜਾ ਫੈਸਲਾ ਲਾਗੂ ਹੋਊਗਾ ਉਹਦੇ ਨਾਲ ਮੇਰੇ ਵਲੰਟੀਅਰਾਂ ਨੂੰ, ਮੇਰੇ ਭਮੱਕੜਾਂ ਨੂੰ ਕਿਸੇ ਗੱਲੋਂ ਅੱਖ ਤਾਂ ਨਹੀਂ ਝੁਕਾਉਣੀ ਪਊ, ਸਿਰ ਨਹੀਂ ਵਾਤਾਰੇ ਕਰਨਾ ਪਊ। ਇਸ ਕਰਕੇ ਫੈਸਲੇ ਹੁਣ ਜਦੋਂ ਆਉਂਦੇ ਨੇ ਉਹ ਹਜੇ ਉੱਠੇ ਵੀ ਨਹੀਂ ਹੁੰਦੇ ਮਿਹਣੇ ਮਾਰਨ ਵਾਲੇ, ਤੁਸੀਂ ਪਹਿਲੀ ਫਿਰਦੇ ਹੁੰਦੇ ਹੋ ਕਿਉਂ ਕਿਵੇਂ ਹੈ, ਆਇਆ ਬਿਜਲੀ ਦਾ ਬਿੱਲ, ਕਿਉਂ ਦੇ ਦਿੱਤੀਆਂ 43,000 ਨੌਕਰੀਆਂ, ਕਿਉਂ ਹੋ ਗਈ ਤੀਰਥ ਯਾਤਰਾ ਸ਼ੁਰੂ, ਕਿਉਂ ਕਰਤਾ ਨਾ ਫਿਰ ਰਾਸ਼ਨ ਕਾਰਡਾਂ ਦਾ ਐਲਾਨ। ਆ ਜਾਓ ਭਾਈ ਥਰਮਲ ਪਲਾਂਟ ਖਰੀਦ ਲਿਆ, ਪੰਜਾਬ ਸਰਕਾਰ ਨੇ ਆਪਣਾ ਥਰਮਲ ਪਲਾਂਟ ਖਰੀਦ ਲਿਆ। ਆਓ ਗੱਲ ਕਰੀਏ ਪੁਲਿਸ ਦੇ ਵਿੱਚ ਭਰਤੀਆਂ ਚੱਲ ਪਈਆਂ, ਉਹ SSF ਬਣਾਤੀ, ਨਵੀਆਂ ਗੱਡੀਆਂ ਪੁਲਿਸ ਨੂੰ ਦੇਤੀਆਂ। ਅਸੀਂ ਜਾਨਾਂ ਬਚਾਉਣ 'ਤੇ ਲੱਗੇ ਹੋਏ ਹਾਂ, ਅਸੀਂ ਜਾਨਾਂ ਬਚਾਉਣ 'ਤੇ ਲੱਗੇ ਹੋਏ ਹਾਂ। ਇੱਕ ਮੈਂ ਕੋਈ ਇਹੋ ਜਿਹੀ ਫਾਈਲ ਸਾਈਨ ਨਹੀਂ ਕਰਦਾ ਜਿਹਦੇ ਨਾਲ ਆਮ ਲੋਕਾਂ ਦੀ ਜੇਬ 'ਤੇ ਇੱਕ ਪੈਸੇ ਦਾ ਵੀ ਬੋਝ ਪਵੇ, ਅਤੇ ਇਹੋ ਜਿਹੀ ਫਾਈਲ ਮੈਂ ਕਦੇ ਵੀ ਨਹੀਂ ਛੱਡਦਾ ਜਿਹਦੇ ਨਾਲ ਲੀਡਰਾਂ ਨੇ ਜਿਹੜਾ ਪੈਸਾ ਲੁੱਟਿਆ ਉਹਨੂੰ ਬਾਹਰ ਕੱਢਣ 'ਚ ਕੋਈ ਟਾਈਮ ਲੱਗਦਾ ਹੋਵੇ। ਮੈਂ ਕਹਿੰਦਾ ਸਾਈਨ ਕਰੋ, ਪੈਸੇ ਕਢਾਓ ਇਹਨਾਂ ਦੀਆਂ ਜੇਬਾਂ 'ਚੋਂ, ਵਿਆਸ ਸਮੇਤ ਖਜ਼ਾਨੇ 'ਚ, ਖਜ਼ਾਨੇ 'ਚੋਂ ਸਿੱਧੇ ਲੋਕਾਂ ਕੋਲੇ। ਆਹ ਤਰੀਕਾ ਬਸ ਆਪਣਾ ਕੰਮ ਕਰਨ ਦਾ। ਪੁਰਾਣੀਆਂ ਕੱਸੀਆਂ, ਰਜਵਾਹੇ, ਸੂਏ ਬੰਦ। ਉਹ ਮੈਂ ਪੁੱਛਿਆ ਅਫਸਰਾਂ ਨੂੰ, ਮੈਂ ਕਿਹਾ ਜੀ ਮੈਂ ਕੱਸੀ 'ਚ ਨਹਾਉਂਦੇ ਰਹੇ ਹਾਂ ਅਸੀਂ ਬਚਪਨ 'ਚ, ਸਾਡੇ ਪਿੰਡ ਵਿੱਚ ਦੀ ਕੱਸੀ ਜਾਂਦੀ ਸੀ। ਮੈਂ ਕਿਹਾ ਕੱਸੀਆਂ ਕਿੱਧਰ ਗਈਆਂ? ਕਹਿੰਦੇ ਜੀ ਰਿਵਾਜ਼ ਖਤਮ ਹੋ ਗਿਆ। ਮੈਂ ਕਿਹਾ ਰਿਵਾਜ਼ ਖਤਮ ਹੋ ਗਿਆ? ਥੱਲੋਂ ਪਾਣੀ ਖਤਮ ਹੋਈ ਜਾਂਦਾ, ਤੁਸੀਂ ਰਿਵਾਜ਼ਾਂ ਦੇ ਚੱਕਰਾਂ 'ਚ ਪਈ ਜਾਂਦੇ ਹੋ। ਤੁਸੀਂ ਉਹ ਕੱਸੀਆਂ ਲੱਭੋ ਕਿੱਥੇ ਨੇ? ਕੱਸੀਆਂ ਲੱਭੀਆਂ ਖਾਤ 'ਚੋਂ, ਨਕਸ਼ਿਆਂ 'ਚੋਂ, ਥੱਲੇ ਅੰਡਰਗਰਾਊਂਡ ਪਾਈਪਾਂ ਪਾ ਕੇ। ਅੱਜ ਜਦੋਂ ਪੰਜਾਬ ਸਰਕਾਰ ਆਪਾਂ ਨੇ ਸੰਭਾਲੀ ਸੀ ਉਦੋਂ 21% ਪਾਣੀ ਜਾਂਦਾ ਸੀ ਖੇਤਾਂ 'ਚ, 21% ਨਹਿਰਾਂ ਦਾ। ਅੱਜ ਦੀ ਡੇਟ 'ਚ 69% ਹੋ ਗਿਆ ਜੀ, 59%, ਅਤੇ ਆਉਣ ਵਾਲੇ ਦਿਨਾਂ 'ਚ 70% 'ਤੇ ਜਾਊ ਕੰਮ। 70% ਆਪਣੀ ਜਿਹੜੀ ਸਿੰਚਾਈ ਹੈ ਖੇਤਾਂ ਦੀ ਉਹ ਨਹਿਰੀ ਪਾਣੀ ਰਾਹੀਂ। ਉਹਦੇ ਨਾਲ ਕੀ ਹੋਊਗਾ, 14.5 ਲੱਖ ਟਿਊਬਵੈੱਲ ਹੈ, ਘੱਟੋ ਘੱਟ 5-7 ਲੱਖ ਟਿਊਬਵੈੱਲ ਐਸੇ ਸੀਜ਼ਨ 'ਚ ਮੇਰਾ ਬੰਦ ਕਰਾਉਣ ਦਾ ਇਰਾਦਾ ਹੈ ਕਿ ਟਿਊਬਵੈੱਲ ਬੰਦ ਹੋ ਜਾਣ, ਥੱਲੋਂ ਧਰਤੀ ਦਾ ਪਾਣੀ ਬਚੂ, ਅਤੇ ਗੁਰੂ ਸਾਹਿਬ ਦੇ ਕਹੇ ਹੋਏ ਬਚਨਾਂ ਨੂੰ ਵੀ ਥੋੜ੍ਹਾ ਜਿਹਾ ਪੂਰਾ ਕਰ ਦਾਂਗੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਨਾਲੇ ਬਿਜਲੀ ਬਚੂ, ਨਾਲੇ ਥੱਲੇ ਵਾਲਾ ਪਾਣੀ ਬਚੂ, ਨਾਲੇ ਜਿਹੜਾ ਨਹਿਰਾਂ ਵਾਲਾ ਪਾਣੀ ਹੈ ਉਹਦੇ 'ਚ ਨਾ ਉਪਜਾਊ ਸ਼ਕਤੀ ਹੁੰਦੀ ਹੈ, ਪਹਾੜਾਂ ਤੋਂ ਆਉਂਦਾ ਉਹ, ਅਤੇ ਉਹਦੇ 'ਚ ਨਾ ਮਿਨਰਲਸ ਹੁੰਦੇ ਨੇ, ਤੱਤ ਹੁੰਦੇ ਨੇ, ਫਸਲ ਵਧੀਆ ਬੰਪਰ ਫਸਲ ਹੁੰਦੀ ਹੈ ਉਹਦੇ ਨਾਲ। ਸੋ ਆਹ ਤਰੀਕੇ ਅਪਣਾਉਣ ਲੱਗੇ ਹੋਏ ਹਾਂ ਅਸੀਂ। ਮੈਂ ਕੋਈ ਕਿਸੇ ਬੱਸਾਂ 'ਚ ਹਿੱਸਾ ਪਾਉਣ ਨਹੀਂ ਆਇਆ ਇੱਥੇ,
ਮੈਂ ਕੋਈ ਇੱਥੇ ਖੱਡਾਂ 'ਚ ਹਿੱਸਾ ਪਾਉਣ ਨਹੀਂ ਆਇਆ, ਮੈਂ ਕੋਈ ਇੱਥੇ ਢਾਬਿਆਂ 'ਚ ਹਿੱਸਾ ਪਾਉਣ ਨਹੀਂ ਆਇਆ, ਮੈਂ ਵੀ ਤਾਂ ਪੈਸੇ ਕਮਾ ਸਕਦਾ ਸੀ, ਮੈਂ ਤਾਂ ਵੱਡੇ ਕਲਾਕਾਰਾਂ 'ਚ ਮੇਰਾ ਨਾਮ ਆਉਂਦਾ ਸੀ, ਮੈਂ ਕਿਹੜਾ ਕੋਈ ਫੇਲ ਹੋ ਗਿਆ ਸੀ। ਅਰਵਿੰਦ ਕੇਜਰੀਵਾਲ ਜੀ ਦੋਨੋਂ ਹਸਬੈਂਡ ਵਾਈਫ, ਅਰਵਿੰਦ ਕੇਜਰੀਵਾਲ ਜੀ ਤੇ ਸੁਨੀਤਾ ਕੇਜਰੀਵਾਲ ਜੀ ਦੋਨੋਂ IRS ਅਫਸਰ ਨੇ ਜੀ, ਇਨਕਮ ਟੈਕਸ ਦੇ ਕਮਿਸ਼ਨਰ ਨੇ ਦੋਨੋਂ ਹੀ। ਇਨਕਮ ਟੈਕਸ ਦਾ ਚਪੜਾਸੀ ਨਹੀਂ ਮਾਣ ਹੁੰਦਾ ਦਫ਼ਤਰ ਦਾ, ਬੋਰੀਆਂ ਭਰ ਕੇ ਲੈ ਕੇ ਜਾ ਸਕਦੇ ਸੀ ਉਹ ਵੀ ਨੋਟਾਂ ਦੀਆਂ। ਪਰ ਜਦੋਂ ਪਰਮਾਤਮਾ ਕੋਈ ਬਖਸ਼ਿਸ਼ ਕਰਦਾ ਕਿ ਭਾਈ ਤੈਥੋਂ ਆਹ ਕੰਮ ਲੈਣਾ, ਫਿਰ ਉਹ ਦਾਤ ਜਾਂ ਉਹ ਬਖਸ਼ਿਸ਼ ਜਿਹੜੀ ਹੈ, ਉਹ ਡਿਊਟੀ ਜਿਹੜੀ ਹੈ, ਉਹ ਵਾਪਸ ਨਹੀਂ ਕਰਨੀ ਚਾਹੀਦੀ। ਉਹ ਕੀ ਪਤਾ ਪਰਮਾਤਮਾ ਤੁਹਾਨੂੰ ਕਿਹੜੇ ਰਸਤੇ ਰਾਹੀਂ, ਕਿਹੜੇ ਬਾਈਪਾਸ ਰਾਹੀਂ ਲਿਆ ਕੇ ਤੁਹਾਡੇ ਤੋਂ ਕਿਹੜਾ ਕੰਮ ਲੈਂਦਾ। ਕਈ ਵਾਰੀ ਪਰਮਾਤਮਾ ਕੋਈ ਇਹੋ ਜਿਹਾ ਕੰਮ ਕਰਾ ਲੈਂਦਾ ਕਿਸੇ ਬੰਦੇ ਤੋਂ ਕਿ ਉਹ ਤੋਂ ਬਾਅਦ ਪ੍ਰਧਾਨਗੀਆਂ, ਪੈਸਾ, ਆਹ ਜਿਹੜੀਆਂ ਸਾਰੀਆਂ ਸਲੂਟ ਜਿਹੜੇ, ਉਹ ਸਾਰਾ ਕੁਝ ਥੱਲੇ ਰਹਿ ਜਾਂਦਾ। ਮੇਰੇ ਤੋਂ ਇੱਕ ਕੰਮ ਐਸਾ ਕਰਾ ਲਿਆ ਪਰਮਾਤਮਾ ਨੇ ਕਿ ਮੈਨੂੰ ਅੱਜ ਕੋਈ ਇਸ ਗੱਲ ਦਾ ਫਿਕਰ ਨਹੀਂ, ਕੱਲ੍ਹ ਨੂੰ ਆਉਂਦੀ ਅੱਜ ਆ ਜਾਏ। ਪਰ ਪਰਮਾਤਮਾ ਨੇ ਜੋ ਮੇਥੋਂ ਕੰਮ ਕਰਾ ਲਿਆ ਉਹ 'ਚ ਮੇਰਾ ਥੋੜ੍ਹਾ ਜਿਹਾ ਯੋਗਦਾਨ ਹੋ ਗਿਆ। ਯੋਗਦਾਨ ਕੀ ਹੋ ਗਿਆ, ਇਹ ਗੱਲ ਹੈਗੀ ਹੈ 27 ਦਸੰਬਰ ਦੀ। 27 ਦਸੰਬਰ ਨੂੰ 2018 ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੁੰਦਾ, ਮੈਂ ਮੈਡਮ ਸਪੀਕਰ ਕੋਲ ਗਿਆ 26 ਨੂੰ। ਮੈਂ ਕਿਹਾ ਜੀ ਕੱਲ੍ਹ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਪਾਰਲੀਮੈਂਟ 'ਚੋਂ। ਕਹਿੰਦੇ ਪਹਿਲੇ ਤੋਂ ਕਦੀ ਹੋਇਆ ਨਹੀਂ। ਮੈਂ ਕਿਹਾ ਇਹੀ ਤਾਂ ਦੁੱਖ ਹੈ ਜੀ, ਪਹਿਲਾਂ ਕਿਉਂ ਨਹੀਂ ਹੋਇਆ? ਐਡੀ ਵੱਡੀ ਲਾਸਾਨੀ ਕੁਰਬਾਨੀ ਹੈ, 5 ਤੇ 7 ਸਾਲ ਦੇ ਸਾਹਿਬਜ਼ਾਦਿਆਂ ਨੇ ਈਨ ਨਹੀਂ ਮੰਨੀ ਅਤੇ ਨੀਹਾਂ ਚਿਣਵਾ ਤੇ ਸੂਬਾ ਸਰਹੰਦ ਨੇ, ਸ਼ਰਧਾਂਜਲੀ ਦੇਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ। ਉਹ ਕਹਿੰਦੇ ਓਕੇ ਮੁੰਜੇ ਲਿਖ ਕੇ ਦੋ ਕਿਆ ਕਿਆ ਹੈ। ਮੈਂ ਲਿਖ ਕੇ ਦੇਤਾ ਕਿ 1705 ਈਸਵੀ ਦੇ ਵਿੱਚ 5 ਸਾਲ ਦੀ ਅਤੇ 7 ਸਾਲ ਦੀ ਉਮਰ ਸੂਬਾ ਸਰਹੰਦ ਨੇ ਜਿਹੜਾ ਦੀਵਾਰਾਂ 'ਚ ਚਿਣਾਤੇ ਸੀਗੇ ਛੋਟੇ ਸਾਹਿਬਜ਼ਾਦੇ। ਉਹ ਮੈਨੂੰ ਕਹਿੰਦੇ ਦੂਸਰੀ ਬੇਕ ਵਿਪਕਸ਼ ਪਾਰਟੀ ਜੋ ਹੈ ਉਹ ਹਾਊਸ ਚੱਲਣੇ ਨਹੀਂ ਦੇ ਰਹੀ, ਉਹ ਪਾਰਲੀਮੈਂਟ ਚੱਲਣੇ ਨਹੀਂ ਦੇ ਰਹੀ, ਉਹ ਨਾਰੇ ਲਗਾਤੇ ਹੈ। ਮੈਂ ਕਿਹਾ ਜੀ ਉਹਨਾਂ ਨੂੰ, ਉਹਨਾਂ ਜ਼ਿੰਮੇਵਾਰੀ ਮੇਰੀ ਹੈ, ਮੈਂ ਉਹਨਾਂ ਨੂੰ ਆਉਣ ਨਹੀਂ ਦਿੰਦਾ ਉਹਨਾਂ ਚਿਰ ਜਿਹਨੇ 'ਚ ਤੁਸੀਂ ਸ਼ਰਧਾਂਜਲੀ ਨਹੀਂ ਦਿੰਦੇ। ਕਹਿੰਦੇ ਠੀਕ ਹੈ। ਮੈਂ ਅਗਲੇ ਦਿਨ ਗਿਆ 10 ਵਜੇ ਉਸ ਪਾਰਟੀ ਦੇ ਦਫ਼ਤਰ 'ਚ। ਮੈਂ ਕਿਹਾ ਜੀ ਮੈਂ ਤੁਹਾਡਾ ਸਾਥ ਦਿੰਦਾ ਹਮੇਸ਼ਾ, ਇੱਕ ਮੇਰਾ ਸਾਥ ਦੇ ਦਿਓ। ਅੱਜ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ, ਪਹਿਲਾਂ ਕਦੇ ਨਹੀਂ ਸ਼ਰਧਾਂਜਲੀ ਦਿੱਤੀ ਗਈ, ਅੱਜ ਸ਼ਰਧਾਂਜਲੀ ਸ਼ਾਂਤੀਪੂਰਵਕ ਤਰੀਕੇ ਨਾਲ ਹੋ ਲੈਣ ਦਿਓ, ਉਹਦੇ ਬਾਅਦ ਮੈਂ ਤੁਹਾਡਾ ਸਾਥ ਦੇਊਂਗਾ। ਉਹਨਾਂ ਨੇ ਕਹਿਤਾ ਕਿ ਜੋ ਮਾਨ ਸਾਹਿਬ ਕਹਤੇ ਹੈ ਉਹ ਠੀਕ ਹੈ, ਸ਼ਰਧਾਂਜਲੀ ਕੇ ਬਾਅਦ ਹਮ ਆਪਣਾ ਪਕਸ਼ ਰੱਖੇਂਗੇ। 27 ਦਸੰਬਰ ਨੂੰ 11 ਵਜੇ ਸਭਾ ਸ਼ੁਰੂ ਹੋਈ, ਤਾਂ ਤੁਸੀਂ ਅੱਜ ਵੀ ਦੇਖ ਸਕਦੇ ਹੋ TV 'ਤੇ ਪਿਆ ਉਹਦਾ ਰਿਕਾਰਡ। ਪਹਿਲੀ ਵਾਰ ਹੋਇਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਔਨ ਰਿਕਾਰਡ ਦਿੱਤੀ ਗਈ। ਔਨ ਰਿਕਾਰਡ ਕੀ ਹੁੰਦੀ ਹੈ? ਔਨ ਰਿਕਾਰਡ ਦਾ ਮਤਲਬ ਹੈ ਮੈਂ ਉੱਥੇ ਰਵਾਂ ਨਾ ਰਵਾਂ, ਅਗਲੇ ਸਾਲ, ਅੱਜ ਤੋਂ 500 ਸਾਲ ਬਾਅਦ ਵੀ, ਜਦੋਂ 27 ਦਸੰਬਰ ਆਊਗੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ 11 ਵਜੇ ਆਉਣ ਸਾਰ ਸਭ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇ ਕੇ ਹੀ ਸਭਾ ਸ਼ੁਰੂ ਹੋਊਗੀ। ਇਹ ਔਨ ਰਿਕਾਰਡ ਕਹਿੰਦੇ ਇਹਨੂੰ।
ਐਡਾ ਵੱਡਾ ਮੇਰੇ ਤੋਂ ਕੰਮ ਕਰਵਾ ਲਿਆ ਗੁਰੂ ਸਾਹਿਬ ਨੇ ਆਪ, ਫਿਰ ਹੁਣ ਪ੍ਰਧਾਨਗੀਆਂ ਪੈਸਾ ਕੋਈ ਮਾਇਨੇ ਰੱਖਦਾ? ਕੋਈ ਮਾਇਨੇ ਰੱਖਦਾ? ਆਹ ਜਿਹੜੇ ਪੰਥ ਵਾਲੇ ਕਹਾਉਂਦੇ ਆਪਣੇ ਆਪ ਨੂੰ, ਇਹਨਾਂ ਨੇ ਕਦੇ ਅਰਜ਼ੀ ਵੀ ਨਹੀਂ ਦਿੱਤੀ ਉੱਥੇ। ਚਲੋ ਮੈਂ ਮੰਨ ਲੈਂਦਾ ਕਿ ਰਿਜੈਕਟ ਕਰਤੀ ਜੀ, ਅਰਜ਼ੀ ਦਿੱਤੀ ਵੀ ਨਹੀਂ। 28 ਤਰੀਕ ਨੂੰ ਜਦੋਂ ਪਤਾ ਲੱਗਿਆ, 27 ਤਰੀਕ ਨੂੰ ਸ਼ਰਧਾਂਜਲੀ ਹੋ ਗਈ, ਪੂਰੀ ਦੁਨੀਆ 'ਚ ਖਬਰ ਫੈਲ ਗਈ। 28 ਤਰੀਕ ਨੂੰ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ 'ਚ ਐਪਲੀਕੇਸ਼ਨ ਲੈ ਕੇ ਚਲਿਆ ਗਿਆ ਤੁਹਾਡੇ ਸਪੀਕਰ ਕੋਲੇ, ਕਹਿੰਦਾ ਸ਼ਰਧਾਂਜਲੀ ਦਿਓ। ਕਹਿੰਦਾ ਜੀ ਕੱਲ੍ਹ ਸੀ, ਉਹ ਤਾਂ ਹੋ ਗਈ, ਉਹ ਤਾਂ ਕੱਲ੍ਹ, ਉਹਨੂੰ ਇਹ ਨਹੀਂ ਪਤਾ ਕਿ ਕਦੋਂ ਸੀ। ਕਦੇ ਕੋਈ ਗੁਰੂ ਸਾਹਿਬ ਨਾਲ ਕੋਈ ਕਦੇ ਲਿਵ ਲੱਗੀ ਹੋਵੇ ਤਾਂ ਪਤਾ ਲੱਗੇ, ਕਦੇ ਇਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਕੁਰਬਾਨੀਆਂ ਹੋਈਆਂ ਨੇ। ਇਹ ਤਾਂ ਬਸ ਜਦੋਂ ਹਾਰ ਜਾਂਦੇ ਨੇ, ਪੰਥ ਖਤਰੇ 'ਚ ਹੈ ਜੀ, ਪੰਥ ਨੂੰ ਬਚਾਓ। ਉਹ ਭਾਈ ਪੰਥ ਬਹੁਤ ਵੱਡਾ ਸਾਡਾ, ਪੰਥ ਬਹੁਤ ਮਜ਼ਬੂਤ ਹੈ। ਇਹ ਪੰਥ ਅਕਾਲੀ ਦਲ ਦੇ ਹਾਰਨ ਨਾਲ ਕੋਈ ਖਤਰੇ 'ਚ ਨਹੀਂ ਹੁੰਦਾ, ਤੁਸੀਂ ਆਪਦੀ ਫਿਕਰ ਕਰੋ। ਆਹ ਹੁਣ ਤੁਰੇ ਫਿਰਦੇ ਨੇ, ਪਰਿਵਾਰ ਬਚਾਓ, ਕਿਹੜਾ ਪੰਜਾਬ ਬਚਾਓ, ਤੁਸੀਂ ਦੇਖ ਲਓ ਇਹ ਕਿੰਨੇ ਕੁ ਪੰਜਾਬ ਪ੍ਰਤੀ ਵਫ਼ਾਦਾਰ ਨੇ, ਜਾਂ ਕਿੰਨੇ ਕੁ ਪੰਜਾਬ ਲਈ ਕਸ਼ਟ ਚੱਲ ਸਕਦੇ ਨੇ। ਇਹ ਗੱਲ ਗੱਲ 'ਤੇ ਕਹਿੰਦੇ ਨੇ ਨਾ, ਕੁਰਬਾਨੀਆਂ ਦੇਣੀਆਂ ਨੇ, ਕੁਰਬਾਨੀਆਂ ਦਿੱਤੀਆਂ ਨੇ। ਉਹ ਜਿਹੜੀ ਜੀਪ, ਜਿਹੜੀ ਕਾਰ ਦੇ ਉੱਤੇ ਬੈਠਣ ਲੱਗਿਆ, ਜਿਹੜੀ ਗੱਡੀ ਦੇ ਉੱਪਰ ਬੈਠਣ ਲੱਗਿਆ ਸੁਖਬੀਰ ਬਾਦਲ, ਉਹਦੇ ਉੱਤੇ ਛੱਤ ਪਾ ਲਈ ਤਾਂ ਕਿ ਮੈਨੂੰ ਧੁੱਪ ਨਾ ਲੱਗੇ। ਅਤੇ ਮੂਹਰੇ ਵਲੰਟੀਅਰ ਮੋਟਰਸਾਈਕਲ 'ਤੇ ਇੱਦਾਂ ਹੀ ਨੇ, ਪਰ ਜਾਂ ਤਾਂ ਇਕੱਲੇ ਇਕੱਲੇ ਮੋਟਰਸਾਈਕਲ 'ਤੇ ਛੱਤ ਪਵਾ ਭਰਾਵਾ, ਨਹੀਂ ਤੂੰ ਇਕੱਲਾ ਹੈ ਫਿਰ ਧੁੱਪ ਤੈਨੂੰ ਹੀ ਲੱਗਦੀ ਹੈ ਇਕੱਲੇ ਨੂੰ। ਵੀਰੋ ਇਹ ਟੈਂਪਰੇਚਰ ਪੁੱਛ ਕੇ ਤੁਰਨ ਵਾਲੇ ਬੰਦੇ ਨੇ ਕਿ ਕਿੰਨਾ ਟੈਂਪਰੇਚਰ ਹੈ? ਸਰ 40 ਹੈ। ਓਕੇ, ਜਦੋਂ 35 ਰਹਿ ਗਿਆ ਦੱਸਿਓ, ਉਦੋਂ ਪੰਜਾਬ ਬਚਾਉਣ ਚੱਲਾਂਗੇ। ਲੈ ਬਚਾ ਲਓ ਪੰਜਾਬ ਇਹਨਾਂ ਤੋਂ। ਸੋ ਇਹਨੇ ਇਹਨਾਂ ਦਾ ਕੀ ਲੈਣਾ ਦੇਣਾ ਨੇ ਇਹਨਾਂ ਦਾ ਆਪਣੇ ਨਾਲ? ਕੋਈ ਇਹਨਾਂ ਦਾ ਕੋਈ ਆਪਣੇ ਨਾਲ, ਆਪਣੀ ਜ਼ਿੰਦਗੀ ਨਾਲ ਕੋਈ ਮੇਲ ਨਹੀਂ ਖਾਂਦੀ ਕੋਈ ਚੀਜ਼, ਨਾ ਇਹਨਾਂ ਦਾ ਰਹਿਣ ਸਹਿਣ ਆਪਣੇ ਨਾਲ ਮਿਲੇ। ਮੈਂ ਕਿੱਦਾਂ ਦਾ ਕਹੀ ਜਾਂਦਾ ਯਾਰ, ਤੁਸੀਂ ਪੰਜਾਬ ਦੇ ਬਹੁਤ ਵੱਡੇ ਹਿਤੈਸ਼ੀ ਹੋ, 100 ਚੋਂ 33 ਵਾਲਾ ਪਾਸ ਹੁੰਦਾ, ਚੱਲ ਮੈਂ 25 ਕਰ ਦਿੰਦਾ, ਅੱਜ ਮੋਗੇ ਤੋਂ 20 ਕਰ ਦਿੰਦਾ, ਚੱਲ ਵੀ 100 ਚੋਂ 20 ਨੰਬਰ ਪੰਜਾਬੀ ਦੇ ਪੇਪਰ 'ਚੋਂ ਲਿਖਤੀ ਟੈਸਟ 'ਚੋਂ ਲੈ ਕੇ ਪਾਸ ਕਰ ਲੈਣ ਬਾਜਵਾ, ਨਵਜੋਤ ਸਿੱਧੂ, ਮਜੀਠੀਆ, ਸੁਖਬੀਰ ਬਾਦਲ, ਲੈ 100 ਚੋਂ 20 ਨੰਬਰ ਪੰਜਾਬੀ 'ਚੋਂ ਲਿਖਤੀ ਟੈਸਟ ਦੇ ਵਿੱਚੋਂ ਲੈ ਲੈਣ 20 ਨੰਬਰ, ਮੈਂ ਮੰਨ ਜੂਗਾ ਪੰਜਾਬ ਦੇ ਵੀ ਬਹੁਤ ਹਿਤੈਸ਼ੀ ਨੇ। ਨਾਲੇ ਚਲੋ ਐਂ ਕਰਦੇ ਹਾਂ, ਥੋੜ੍ਹਾ ਜਿਹਾ ਪੇਪਰ ਵੀ ਲੀਕ ਕਰ ਦਾਂਗੇ, ਲੀਕ ਕਰ ਦਾਂਗੇ ਵੀ ਆਹ ਸਵਾਲ ਆਊਗਾ, ਪੰਜਾਬ ਦੀ ਰਾਜਧਾਨੀ ਕਿਹੜੀ ਹੈ? ਮੈਨੂੰ ਵੀ ਪਤਾ ਕਿ ਇਹਨਾਂ ਨੂੰ ਵੀ ਪਤਾ ਹੈ ਕਿ ਚੰਡੀਗੜ੍ਹ, ਪਰ ਮੈਨੂੰ ਇੰਨਾ ਪੱਕਾ ਪਤਾ ਹੈ ਲੀਕ ਕਰਕੇ ਵੀ ਇਸ ਸਵਾਲ 'ਚ ਉਹਨਾਂ ਨੂੰ ਨੰਬਰ ਨਹੀਂ ਆਉਣੇ, ਕਿਉਂਕਿ ਇਹ ਤਾਂ ਪਤਾ ਵੀ ਚੰਡੀਗੜ੍ਹ ਹੈਗੀ ਹੈ, ਲਿਖਣਗੇ ਕਿਵੇਂ? ਅੱਛਾ ਇਹਨਾਂ ਨੇ ਪਾ ਦੇਣਾ ਚੱਚੇ ਨੂੰ ਟਿੱਪੀ, ਡੱਡੇ ਨੂੰ ਬਿਹਾਰੀ, ਗਾਗਾ ਡਾੜਾ, ਗੱਗਾ ਡਾੜਾ, ਹੈ ਨਾ? ਇਹ ਵੀ ਗਲਤ ਹੋਊਗਾ, ਕਿਉਂਕਿ ਡਾੜੇ ਦੇ ਪੈਰ 'ਚ ਹਾ ਪੈਂਦਾ, ਇਹ ਪੈਰ 'ਚ ਹਾਏ ਹੋਏ ਵਾਲੇ ਕਿੱਥੇ ਨੇ? ਇਹ ਤਾਂ ਯੂ ਮੀ ਯੋ ਨੋ ਥੈਂਕ ਯੂ ਆ ਤਾਂ। ਸਾਨੂੰ ਕਹਿੰਦੇ ਮਟੀਰੀਅਲ ਕਿਹੋ ਜਿਹਾ ਆ ਗਿਆ ਹੈ, ਉਹ ਸਾਡੇ ਜਵਾਕ ਜਿੱਤਿਆ ਹੈ, ਕਹਿੰਦੇ ਕਿਹੋ ਜਿਹਾ ਮਟੀਰੀਅਲ ਆ ਗਿਆ, ਕਿਹੋ ਜਿਹਾ ਮਟੀਰੀਅਲ ਆ ਗਿਆ। ਉਹ ਭਾਈ ਮਟੀਰੀਅਲ ਤਾਂ ਤੁਸੀਂ ਹੋ, ਹੁਣ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਤੁਹਾਨੂੰ। ਸੋ ਇਸ ਕਰਕੇ ਪੰਜਾਬੀਓ, ਪੰਜਾਬ ਦੇ ਨਾਲ ਖੜੋ, ਹੁਣ ਵੇਲਾ 2 ਮਹੀਨੇ ਪੰਜਾਬ ਦੇ ਨਾਮ ਲਾ ਦਿਓ। ਅੱਜ ਜਿਹੜੇ ਥੋੜ੍ਹਾ ਬਹੁਤ ਵਿਸ਼ ਜਾਂ ਘੋਲਦੇ ਨੇ, ਆ ਸਹਿਕਦੇ ਜੇ ਨੇ, ਇਹਨਾਂ ਦਾ ਕੰਮ ਕਰੋ ਖਤਮ। ਉਹ ਤੋਂ ਬਾਅਦ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਅਤੇ ਮੇਰੀ ਸ਼ੁਰੂ। ਉਹ ਤੋਂ ਬਾਅਦ ਮੈਂ ਦਿਖਾਊਂਗਾ ਕਿ ਪੰਜਾਬ ਸੋਨੇ ਦੀ ਚਿੜੀ ਕਿਵੇਂ ਬਣ ਸਕਦਾ ਹੈ।
ਇਹਨਾਂ ਨੇ ਠੇਕਾ ਹੀ ਲੈ ਰੱਖਿਆ ਸੀ ਵੀ ਸਾਡਾ ਹੀ ਹੁੰਦਾ ਹੈ ਰਾਜ। ਐ ਕਿਵੇਂ ਹੁੰਦਾ ਤੁਹਾਡਾ ਰਾਜ ਬਈ? ਅਸੀਂ ਕਾਹਦੇ ਵਾਸਤੇ ਹਾਂ ਬਈ ਇੱਥੇ? ਅਸੀਂ ਪੰਜਾਬ 'ਚ ਵਾਰਸ ਤਾਂ ਤੁਸੀਂ ਹੋ ਅਸਲੀ ਪੰਜਾਬ ਦੇ, ਇਹਨਾਂ ਨੂੰ ਕੌਣ ਪੁੱਛਦਾ? ਸੋ ਇਹ ਇਸੇ ਕਰਕੇ ਹੁਣ ਦੁਖੀ ਨੇ। ਮੈਂ ਤਾਂ ਵਿਧਾਨ ਸਭਾ ਜਿੰਦਾ ਲੈ ਗਿਆ ਸੀ, ਮੈਂ ਜਿੰਦਾ ਬਾਹਰੋਂ ਲਾਉਣ ਵਾਸਤੇ ਨਹੀਂ ਕਿਹਾ ਸੀ। ਮੈਂ ਕਿਹਾ ਸੀ ਜੀ ਇਹ ਵਿਰੋਧੀ ਧਿਰ ਵਾਲੇ ਨਾ ਆਪ ਬੋਲ ਕੇ ਭੱਜ ਜਾਂਦੇ ਨੇ, ਅੰਦਰੋਂ ਜਿੰਦਾ ਲਾਓ। ਉਦੋਂ ਜਿੰਦੇ ਤੇ ਲੜ ਪਏ ਤੇ ਫਿਰ ਐਂ ਕਰਿਓ, 1 ਤਰੀਕ ਨੂੰ ਜਿੰਦੇ ਲਾ ਦਿਓ, 4 ਤਰੀਕ ਨੂੰ ਚਾਬੀ ਮੇਰੇ ਕੋਲ ਆ ਜੂ। ਲੈ ਹੁਣ ਦੇਖਿਓ ਫਿਰ ਪੰਜਾਬ ਦੇ ਖਜ਼ਾਨੇ ਦੀ ਚਾਬੀ ਤੁਹਾਡੇ ਕੋਲੇ, ਇਹਨਾਂ ਨੇ ਜਿੰਦੇ ਦੀ ਚਾਬੀ ਮੇਰੇ ਕੋਲੇ, ਤੇ ਉਹ ਤੋਂ ਬਾਅਦ ਮਜਾਲ ਹੈ ਕੋਈ ਸੈਂਟਰ 1 ਪੈਸਾ ਵੀ ਸਾਡਾ ਰੋਕ ਲੇ। ਆ ਪਿਛਲੇ ਦਿਨੀ ਅਫਵਾਹ ਫੈਲਾਤੀ ਭਗਵੰਤ ਮਾਨ ਤਾਂ ਜੀ ਅਮੀਰਾਂ ਨੂੰ ਮੰਡੀਆਂ ਖੋਲ ਕੇ, ਮੈਂ ਬਾਈ 2013 ਤੋਂ ਚੱਲੀ ਜਾਂਦਾ, ਅਸੀਂ ਤਾਂ ਸਗੋਂ ਬੰਦ ਕੀਤੇ ਆ। ਆ ਡਗਰੂ ਵਾਲਾ ਆ ਨਾਲ ਉਹ ਭਾਈ, ਅਸੀਂ ਤਾਂ ਮੰਡੀਆਂ ਵਧਾਈਆਂ ਨੇ, ਸਾਨੂੰ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਕੀ ਲੋੜ ਹੈ? ਸਾਡੇ ਕੋਲ ਸਰਕਾਰੀ ਮੰਡੀਆਂ ਇੰਨੀਆਂ ਨੇ, ਅਸੀਂ ਤਾਂ ਪਿਛਲੀ ਵਾਰ ਨਾਲੋਂ ਮੰਡੀਆਂ ਵਧਾਈਆਂ ਨੇ। ਹਰ ਗੱਲ 'ਤੇ ਪੁੱਛਦੇ ਨਹੀਂ ਕਰਦੇ ਨਹੀਂ, ਚੱਕ ਤੜਕੀ ਉੱਠਣ ਸਾਰ ਕਹਿੰਦੇ ਕੀ ਹੈ, ਅੱਛਾ ਭਗਵੰਤ ਮਾਨ ਦੇ ਖਿਲਾਫ ਹੈ ਚੱਕ ਦਿਓ, ਬਾਅਦ 'ਚ ਮਾਫੀਆਂ ਮੰਗਣੀਆਂ ਪੈਂਦੀਆਂ। ਉਹ ਜਾਖੜ ਕਹਿੰਦਾ ਝਾਕੀ ਕਹਿੰਦਾ 26 ਜਨਵਰੀ ਵਾਲੀ ਤਾਂ ਨਹੀਂ ਕਹਿੰਦਾ ਲਾਈ, ਕਹਿੰਦਾ ਉਹ 'ਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਆਪਦੀ ਫੋਟੋ ਲਾ ਲਈ ਸੀ। ਮੈਂ ਕਿਹਾ ਚੱਲ ਮੈਂ ਰਾਜਨੀਤੀ ਛੱਡ ਦੂੰਗਾ, ਤੂੰ ਦਿਖਾ ਦੇ ਕਿਹੜੇ ਮਾਡਲ 'ਚ ਫੋਟੋ ਲਾਈ ਸੀ। ਬਾਅਦ ਜਦੋਂ ਸਰਕਾਰ ਨੇ ਕਲੀਅਰ ਕਰਤਾ, ਗੌਰਮੈਂਟ ਨੂੰ ਦੱਸਣਾ ਪੈ ਗਿਆ ਵੀ ਕੋਈ ਫੋਟੋ ਨਹੀਂ ਲਾਈ ਸੀ, ਫਿਰ ਕਹਿੰਦਾ ਹਾਂ ਨਿੱਜੀ ਵਿਚਾਰ ਨੇ ਮੇਰੇ, ਨਿੱਜੀ ਵਿਚਾਰ ਦੱਸ। ਹੱਦ ਹੈ ਯਾਰ, ਹੁਣ ਕੋਈ ਪਤਾ ਨਹੀਂ ਕਦੋਂ ਕਿਹੜਾ ਕਿੱਧਰ ਨੂੰ ਚੱਲ ਜੇ। ਇਹਨਾਂ ਕੋਲ ਇਹਨਾਂ ਦਾ ਬੁਰਾ ਹਾਲ ਹੈ। 15 ਦਿਨ ਪਹਿਲਾਂ ਕਹਿੰਦੇ ਸੀ ਕਿ ਭਾਜਪਾ ਨਾਲ ਸਾਡਾ ਸਮਝੌਤਾ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ ਇਹਦੇ ਨਾਲ ਬਣੀ ਰਹੂਗੀ, ਇਹੀ ਕਹਿੰਦੇ ਸੀ ਅਕਾਲੀ ਦਲ ਵਾਲੇ। ਜਦੋਂ ਉਹਨਾਂ ਨੇ ਜਵਾਬ ਦਿੱਤਾ ਕੱਲ੍ਹ ਪਰਸੋਂ, ਕਹਿੰਦੇ ਭੁੱਲ ਜਾਓ ਦਿੱਲੀ ਵਾਲਿਆਂ ਨੂੰ, ਇਹ ਤਾਂ ਬਹੁਤ ਮਾੜੇ ਨੇ ਬਈ, ਸਾਨੂੰ ਹੀ ਪਾਓ ਵੋਟਾਂ। ਹੱਦ ਹੈ ਯਾਰ, ਕਦੇ ਮਰ ਜਾ ਚਿੜੀਏ, ਕਦੇ ਜਿਉਂ ਜਾ ਚਿੜੀਏ, ਤੁਹਾਡੇ ਹਿਸਾਬ ਨਾਲ ਹੀ ਚੱਲੀਏ। ਕਦੇ ਉੱਧਰ ਨੂੰ ਚਲੇ ਜਾਂਦੇ ਹੋ, ਕਦੇ ਇੱਧਰ ਨੂੰ ਚਲੇ ਜਾਂਦੇ ਹੋ, ਕਦੇ ਫੇਰ ਉੱਧਰ ਨੂੰ, ਕਦੇ ਫੇਰ ਇੱਧਰ ਨੂੰ। ਉਹ ਮੈਨੂੰ ਪੱਤਰਕਾਰ ਕਹਿੰਦੇ ਜੀ ਸੁਖਦੇਵ ਸਿੰਘ ਢੀਂਡਸਾ ਦੀ ਤੇ ਉਹਦੇ ਮੁੰਡੇ ਦੀ ਘਰ ਵਾਪਸੀ ਹੋ ਗਈ। ਮੈਂ ਕਿਹਾ ਕਿਹੜੇ ਘਰ 'ਚ ਵਾਪਸੀ ਹੋ ਗਈ? ਕਹਿੰਦੇ ਅਕਾਲੀ ਦਲ 'ਚ ਆ ਗਏ। ਮੈਂ ਕਿਹਾ ਇਹ ਤਾਂ ਆਪਦੇ ਘਰ ਹੀ ਮੁੰਡੇ ਨੇ। ਕਹਿੰਦੇ ਹਾਂਜੀ ਘਰ ਵਾਪਸੀ ਹੋ ਗਈ। ਮੈਂ ਕਿਹਾ ਇਹ ਤਾਂ ਆਪ ਹੀ ਗਏ ਸੀ, ਆਪ ਹੀ ਮੁੜੇ ਆਏ, ਇਹਨੂੰ ਕਹਿੰਦੇ ਉਹ ਘਰ ਵਾਪਸੀ? ਉਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਇਹਨਾਂ ਤੋਂ ਖੋਹੇ ਨੇ ਨਾ ਚੰਡੀਗੜ੍ਹ ਵਾਲੇ, ਜਿਹਦੇ ਉਹਨਾਂ ਘਰਾਂ 'ਚ ਵਾਪਸੀ ਹੋ ਗਈ ਉਹਦੇ ਮੰਨ ਜਾਵੇ। ਉਹਨਾਂ ਘਰਾਂ 'ਚ ਕੋਈ ਨਹੀਂ ਵੜਨ ਦਿੰਦਾ ਇਹਨਾਂ ਨੂੰ, ਇਹ ਤਾਂ ਉੱਥੋਂ ਸੋਫੇ ਵੀ ਚੱਕ ਲਿਆ, ਇਸ ਵੀ ਪੱਕਾ ਹੀ ਲੱਗ ਗਿਆ ਕੰਮ, ਕਮਾ ਹੋ ਗਿਆ। ਉਹਨਾਂ ਘਰਾਂ 'ਚ ਨਹੀਂ ਵੜਨ ਦਿੰਦਾ ਕੋਈ, ਮੈਨੂੰ ਪਤਾ ਹੈ, ਮੈਂ ਲੋਕਾਂ 'ਚ ਹੀ ਰਿਹਾ। ਲੋਕ ਦੱਸ ਦਿੰਦੇ ਇੱਕ ਗੱਲ ਨਾਲ ਹੀ, ਕਿਉਂਕਿ ਲੋਕਤੰਤਰ 'ਚ ਲੋਕ ਵੱਡੇ ਨੇ। ਸੋ ਮੈਂ ਅੱਜ ਇੱਥੇ, ਇਹ ਕੋਈ ਰੈਲੀ ਨਹੀਂ, ਤਾਂ ਆਪਣਾ ਵਲੰਟੀਅਰਾਂ ਦਾ ਇੱਕ ਛੋਟਾ ਜਿਹਾ ਮਿਲਣੀ ਹੈ, ਜਿਹਦੇ ਰੈਲੀ ਕੀਤੀ ਉਹਦੇ ਦੇਖਿਓ ਇਹਨਾਂ ਨੂੰ ਹੁੰਦਾ ਕੀ ਹੈ ਯਾਰ। 2 ਸਾਲਾਂ 'ਚ ਹਾਲਤ ਦੇਖ ਲਓ, ਗੌਲਾਂ ਹੀ ਕੱਢਣ ਲੱਗ ਗਏ ਸਿੱਧੀਆਂ, ਮੈਨੂੰ ਤਾਂ ਸਿੱਧੇ ਹੀ ਪੈਣ ਲੱਗ ਗਏ ਹੋਣਾ ਨਾ। 2 ਸਾਲਾਂ 'ਚ ਇਹਨਾਂ ਦੀ ਆਹ ਹਾਲਤ ਹੋ ਗਈ, ਜਦੋਂ 4 ਸਾਲ ਹੋ ਗਏ ਆਪਣੀ ਸਰਕਾਰ ਨੂੰ ਐਂ ਚੱਲਦੇ ਨੂੰ, ਇਹ ਤਾਂ ਸੜਕ 'ਤੇ ਆ ਕੇ ਲੋਕਾਂ ਦੇ ਰੋੜੇ ਵੱਟੇ ਮਾਰਨ ਲੱਗ ਜਾਣਗੇ ਯਾਰ। ਹਾਲਤ ਕੀ ਕਰਤੀ ਇਹਨਾਂ ਨੇ, ਮੇਰੇ 32 ਦੰਦ ਨੇ,
ਮੇਰੀ ਗੱਲ ਸੱਚੀ ਹੋ ਜਾਂਦੀ ਹੈ। ਮੈਂ ਕਿਤੇ ਕਿਹਾ ਸੀ, ਪਤਾ ਨਹੀਂ 2017 'ਚ ਕਿਹਾ ਸੀ, ਪਤਾ ਨਹੀਂ 22 'ਚ, ਵੀ ਜਿਸ ਹਿਸਾਬ ਨਾਲ ਇਹ ਬਿਆਨ ਜੇ ਦੇਈ ਜਾਂਦੇ ਆ, ਬੌਲੇ ਜੇ ਹੋਏ ਪਏ ਆ, ਕਦੇ ਇੱਧਰ ਨੂੰ ਕਦੇ ਇੱਧਰ ਨੂੰ ਕਦੇ, ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਮੈਨੂੰ ਸਰਕਾਰ ਦੇ ਖਰਚੇ 'ਤੇ ਕੋਈ ਪਾਗਲਖਾਨਾ ਵੀ ਖੋਲ੍ਹਣਾ ਪੈ ਸਕਦਾ, ਕਿਉਂਕਿ ਹੋਰ ਕਿਸੇ ਸਟੇਟ ਨੇ ਤਾਂ ਲੈਣੇ ਨਹੀਂ, ਸਾਹਮਣੇ ਤਾਂ ਆਪਾਂ ਨੂੰ ਪੈਣੇ ਨੇ ਇਹ। ਪਰ ਕੋਈ ਸਿਆਣਿਆਂ ਵਾਲੀ ਗੱਲ ਕਰਦੇ ਆ, ਕਿਉਂਕਿ ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਇਹਨਾਂ ਦੀ ਮੱਤ ਵੱਜੀ ਹੋਈ ਆ, ਹੁਣ ਸਮਝ ਨਹੀਂ ਆ ਰਹੀ ਕਰੀਏ ਕੀ, ਬੰਦੇ ਨਹੀਂ ਲੱਭ ਰਹੇ। ਉਹ ਮੇਰਾ ਇੱਕ ਦੋਸਤ ਹੈ, ਉਹ ਮੈਨੂੰ ਕਹਿੰਦਾ, ਸਾਡੇ ਪਿੰਡ ਦਾ ਇੱਕ ਜਥੇਦਾਰ ਹੈ, ਉਹ ਤੜਕੀ ਅਰਦਾਸ ਕਰਾ ਕੇ ਆਉਂਦਾ। ਮੈਂ ਕਿਹਾ ਕੀ ਕਹਿੰਦਾ? ਮੈਂ ਕਿਹਾ ਕਹਿੰਦਾ ਟਿਕਟ ਬਾਰੇ ਅਰਦਾਸ ਕਰਾ ਕੇ ਆਉਂਦਾ। ਮੈਂ ਕਿਹਾ ਵੀ ਅੱਛਾ, ਵੀ ਟਿਕਟ ਮਿਲ ਜੇ? ਕਹਿੰਦਾ ਨਾ ਨਾ, ਇਹ ਅਰਦਾਸ ਕਰਾਉਂਦਾ ਕਿਤੇ ਮੈਨੂੰ ਨਾ ਮਿਲ ਜੇ, ਆਹ ਹਾਲ ਹੈ ਪਿਆ ਅਕਾਲੀ ਦਲ ਦਾ, ਕਿਤੇ ਟਿਕਟ ਹੀ ਨਾ ਮਿਲ ਜੇ, ਐਵੇਂ ਸਿਆਪਾ ਪਊਗਾ, ਕਿਹੜੇ ਮੂੰਹ ਨਾਲ ਲੋਕਾਂ 'ਚ ਆਵਾਂਗੇ, ਆਹ ਹਾਲਤ ਹੈ। ਸੱਚੀ ਗੱਲ ਹੈ ਨਾ, ਤਾੜੀਆਂ ਮਾਰ ਕੇ ਇਸ ਗੱਲ ਦੀ ਤਾਈਦ ਤਾਂ ਕਰੋ ਨਾ, ਆਹ ਹਾਲਤ ਹੋ ਗਈ 25 ਸਾਲ ਰਾਜ ਕਰਨ ਵਾਲਿਆਂ ਦੀ। ਇਹ ਰੱਬ ਹੈ, ਇਹ ਪਰਮਾਤਮਾ, ਇਹ ਵਕਤ ਹੈ, ਇਹ ਲੋਕ ਨੇ, ਇਹਨੂੰ ਸਮਝ ਹੀ ਕੱਖ ਨਹੀਂ, ਇਹਨੂੰ ਪਤਾ ਹੀ ਕੱਖ ਨਹੀਂ। ਉਹ ਕਹਿੰਦੇ ਕੇਜਰੀਵਾਲ ਨੂੰ ਅੰਦਰ ਕਰ ਲਾਂਗੇ, ਮੋਦੀ ਕਹਿੰਦਾ ਕੇਜਰੀਵਾਲ ਨੂੰ ਅੰਦਰ ਕਰਕੇ ਅਸੀਂ ਖਤਮ ਕਰ ਦਾਂਗੇ ਪਾਰਟੀ ਨੂੰ। ਐਂ ਪਾਰਟੀਆਂ ਖਤਮ ਹੁੰਦੀਆਂ? ਉਹ ਹੋਰ ਹੋਣਗੇ, ਉਹ ਹੋਰ ਹੋਣਗੇ ਜਿਹੜੇ ਤੂਫਾਨਾਂ ਤੋਂ ਡਰ ਗਏ। ਅਸੀਂ ਤਾਂ ਜੰਮੇ ਹੀ ਹਨੇਰੀਆਂ 'ਚ ਹੋਏ ਹਾਂ, ਸਾਨੂੰ ਕੀ ਡਰਾਉਂਦੇ ਹੋ ਤੁਸੀਂ, ਅਸੀਂ ਡਰਦੇ ਨਹੀਂ ਹੈਗੇ। ਔਰ ਇੱਕ ਗੱਲ ਹੋਰ ਦੱਸ ਦਿੰਦੇ ਹਾਂ, ਆਹ ਪਰਸੋਂ ਸੰਜੇ ਸਿੰਘ ਹੋਰੀ ਬਾਹਰ ਆਏ ਹੈ, ਔਰ ਪਰਮਾਤਮਾ ਨੇ ਜੋ ਹਾਲਾਤ ਬਣਾ ਤੇ, ਹੁਣ ਡਰੇ ਪਏ ਨੇ, ਕਹਿੰਦੇ ਯਾਰ ਕਿਹੜੇ ਮੌਕੇ 'ਤੇ ਪੰਗਾ ਲੈ ਲਿਆ ਇਹਨਾਂ ਨਾਲ। ਹੋਰ ਬਾਕੀਆਂ ਨੂੰ ਅੰਦਰ ਕਰ ਦਿੰਦੇ ਸੀ, ਉਹ ਪਾਰਟੀਆਂ ਚੁੱਪ ਕਰਕੇ ਸਹਿ ਲੈਂਦੀਆਂ ਸੀ, ਪਰ ਆਪਾਂ ਹੈਗੇ ਹਾਂ ਹੋਰ ਮਿੱਟੀ ਦੇ ਬਣੇ ਹੋਏ। ਸੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਆਹ ਕੰਮ ਹੋ ਗਿਆ, ਇਸ ਵਕਤ ਲੱਗੇ ਪਏ ਨੇ ਵੀ ਕਿਵੇਂ ਨਾ ਕਿਵੇਂ ਡੈਮੇਜ ਕੰਟਰੋਲ ਕਰੀਏ ਜਾਂ ਕੀ ਕਰੀਏ, ਪਰ ਜੋ ਮਰਜ਼ੀ ਹੋ ਜੇ ਸੰਕਟ ਦਾ ਮੌਕਾ, ਗੱਲ ਮੇਰੀ ਧਿਆਨ ਨਾਲ ਸੁਣ ਲਿਓ, ਮਾੜਾ ਮੌਕਾ, ਮਾੜਾ ਵਕਤ ਜਾਂ ਸੰਕਟ ਦਾ ਮੌਕਾ ਇੱਕ ਕੰਮ ਬਹੁਤ ਵਧੀਆ ਕਰ ਦਿੰਦਾ, ਉਹ ਤੁਹਾਡੀ ਵਫਾਦਾਰੀ ਦੀ ਪਛਾਣ ਕਰਾ ਦਿੰਦਾ। ਜਿਹੜੇ ਸੰਕਟ ਦੇ ਮੌਕੇ ਛੱਡ ਕੇ ਤੁਰ ਜਾਂਦੇ ਨੇ, ਇਹਦਾ ਮਤਲਬ ਉਹ ਕਿਸੇ ਸਵਾਰਥ ਨੂੰ ਆਏ ਸੀ, ਉਹ ਸੰਕਟ ਦੇ ਮੌਕੇ ਸਾਥ ਨਹੀਂ ਦੇ ਸਕੇ। ਜਿਹੜੇ ਸੰਕਟ ਦੇ ਮੌਕੇ ਖੜ ਜਾਂਦੇ ਨੇ, ਇਹਦਾ ਮਤਲਬ ਉਹ ਬੰਦੇ ਅਸਲੀ ਨੇ, ਔਰਗੈਨਿਕ ਨੇ, ਉਹ ਵਫਾਦਾਰ ਨੇ, ਉਹ ਖੜਨਗੇ ਨਾਲ। ਤੁਸੀਂ ਤਾਂ 2-3 ਵਾਰੀ ਤੁਹਾਡੇ ਤਾਂ ਇਹ ਟੈਸਟ ਤਾਂ ਹੋ ਚੁੱਕੇ ਨੇ, ਅਤੇ ਤੁਸੀਂ ਨਾਲ ਖੜੇ ਹੋ ਹਰ ਵਕਤ। ਇੱਕ ਹਰ ਰੋਜ਼ ਅਰਵਿੰਦ ਕੇਜਰੀਵਾਲ ਜੀ ਕੋਲ ਵਕੀਲ ਜਾਂਦੇ ਆ ਮਿਲਣ, ਜਾਂ ਉਹਨਾਂ ਦੀ ਧਰਮ ਪਤਨੀ ਜਾਂਦੀ ਹੈ ਮਿਲਣ, ਕੋਰਟ ਵੱਲੋਂ ਅਨੁਮਤੀ ਹੈ, ਅਤੇ ਉਹ ਪੁੱਛਦੇ ਨੇ ਕਿ ਪੰਜਾਬ ਦਾ ਕੀ ਹਾਲ ਹੈ, ਪੰਜਾਬ 'ਚ ਕੀ ਹੋ ਰਿਹਾ, ਆਸਾਮ 'ਚ ਕੀ ਹੋ ਰਿਹਾ, ਗੁਜਰਾਤ 'ਚ ਕੀ ਹੋ ਰਿਹਾ। ਤਾਂ ਅੱਜ ਤੋਂ ਪੰਜਾਬ ਦੀਆਂ ਐਕਟੀਵਿਟੀਆਂ ਸ਼ੁਰੂ ਕੀਤੀਆਂ ਨੇ, ਅੱਜ ਵਾਲਾ ਤੁਹਾਡਾ ਜਿਹੜਾ ਇਕੱਠ ਹੈ ਅਤੇ ਜਿਹੜੀਆਂ ਤੁਹਾਡੀਆਂ ਤਾੜੀਆਂ ਨੇ, ਇਹ ਅਰਵਿੰਦ ਕੇਜਰੀਵਾਲ ਜੀ ਕੋਲ 1.5 ਘੰਟੇ ਤੱਕ ਪਹੁੰਚ ਜਾਣਗੀਆਂ। ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ, ਇਨਕਲਾਬ। ਸੋ ਵੀਰੋ, ਜੀ ਆਹ ਤੁਹਾਡੇ ਜਿਹੜੇ ਜਜ਼ਬਾਤ ਨੇ, ਇਹਨਾਂ ਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ। ਔਰ ਪੰਜਾਬੀ ਪਹਿਲਾਂ ਵੀ ਆਮ ਆਦਮੀ ਪਾਰਟੀ ਨਹੀਂ, ਪਹਿਲੇ 4 ਹਰੇ ਰੰਗ ਦੇ ਪੱਤੇ ਆਮ ਆਦਮੀ ਪਾਰਟੀ ਦੇ ਦਰਖਤ 'ਤੇ ਦਿੱਤੇ ਸੀ 14 'ਚ, 17 'ਚ,
ਫਿਰ 19 ਚ 22 ਚ ਸਰਕਾਰ ਹੈ। ਸੋ ਇਸ ਵਾਰ ਪੰਜਾਬ ਬਣੂਗਾ ਹੀਰੋ, ਇਸ ਵਾਰ ਪੰਜਾਬ ਚੋਂ 13-0। ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ, ਤੁਸੀਂ ਕਹੋਗੇ 13-0। ਪੰਜਾਬ ਬਣੂਗਾ ਹੀਰੋ, ਦੋ ਵਾਰੀ ਕਹੋ ਤੁਸੀਂ, ਮੈਂ ਇੱਕ ਵਾਰੀ ਕਹੂੰ, ਤੁਸੀਂ ਦੋ ਵਾਰੀ, ਪੰਜਾਬ ਬਣੂਗਾ ਹੀਰੋ। ਵਾਹ ਬਈ ਵਾਹ, ਬਹੁਤ ਅੱਛੇ ਬਹੁਤ ਅੱਛੇ। ਤੁਹਾਡਾ ਬੱਸ ਚੱਲੇ ਤਾਂ ਅੱਜ ਹੀ EVM ਮੰਗਾ ਲਓ ਇੱਥੇ, ਵੀ ਇੱਥੇ ਬਟਨ ਦੱਬਣ ਨੂੰ ਜੀ ਕਰਦਾ। ਸੋ ਮੈਂ ਆਊਂਗਾ ਜਿੱਥੇ ਕਹੋਗੇ ਮੈਂ ਆਊਂਗਾ, ਪਰ ਇਸ ਗੱਲ ਦਾ ਗੁੱਸਾ ਨਾ ਕਰ ਜਿਓ ਕਿ ਯਾਰ ਸਾਡੇ ਪਿੰਡ 'ਚ ਭਗਵੰਤ ਮਾਨ ਆ ਜਾਂਦਾ, ਵੋਟ ਪਾ ਦਿੰਦੇ, ਉਹ ਆਇਆ ਨਹੀਂ। ਕਈ ਵਾਰੀ ਹੋ ਸਕਦਾ ਮੈਥੋਂ ਇਕੱਲੇ ਤੋਂ ਨਾ ਜਾਇਆ ਜਾਵੇ। ਤੁਸੀਂ ਸਾਰੇ ਕੇਜਰੀਵਾਲ ਬਣੋ, ਤੁਸੀਂ ਸਾਰੇ ਭਗਵੰਤ ਮਾਨ ਬਣੋ, ਅਤੇ ਆਪਾਂ ਫਿਰ ਪੰਜਾਬ ਨੂੰ ਨੰਬਰ 1 ਸੂਬਾ ਬਣਾਈਏ। ਇਹ ਮੇਰੀ ਗਰੰਟੀ ਹੈ। ਇੱਕ ਵਾਰੀ 13-0 ਹੋ ਗਿਆ ਔਰ 13 ਇਹ ਹੋ ਗਏ, ਕੁਰੂਕਸ਼ੇਤਰ ਜਿੱਤ ਰਹੇ ਹਾਂ, ਦਿੱਲੀ ਦੀਆਂ ਸਾਰੀਆਂ ਸੀਟਾਂ ਆ ਰਹੀਆਂ ਨੇ, ਗੁਜਰਾਤ ਜਿੱਤ ਰਹੇ ਹਾਂ, 10 ਪਹਿਲੀ ਨੇ ਆਪਣੇ ਰਾਜ ਸਭਾ ਦੇ ਵਿੱਚ, ਜਦੋਂ ਉੱਥੇ 30-35 ਹੋ ਗਏ, ਉੱਥੇ ਫਿਰ ਕਿਸੇ ਦੀ ਮਜਾਲ ਨਹੀਂ ਕਿ ਪੰਜਾਬ ਦੇ ਹੱਕ ਦਾ ਇੱਕ ਵੀ ਪੈਸਾ ਜਿਹੜਾ ਉਹ ਰੋਕ ਕੇ ਦਿਖਾਉਣ, ਜਾਂ ਪੰਜਾਬ ਦੀ ਝਾਕੀ ਜਿਹੜੀ 26 ਜਨਵਰੀ 15 ਅਗਸਤ 'ਚੋਂ ਕੱਢ ਕੇ ਦਿਖਾਉਣ ਬਾਹਰ। ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ, ਅਤੇ ਅੱਜ ਪਹਿਲਾ ਦਿਨ ਹੈ, ਅਤੇ ਪਹਿਲੇ ਦਿਨ ਹੀ ਪਿੱਚ ਦਾ ਪਤਾ ਲੱਗ ਜਾਂਦਾ ਪਹਿਲੇ ਓਵਰ 'ਚ ਹੀ, ਵੀ 300 ਬਣੂ 350 ਰਨ ਬਣੂ। ਸੋ ਜਿਸ ਹਿਸਾਬ ਨਾਲ ਤੁਸੀਂ ਪਿਆਰ ਦੇ ਰਹੇ ਹੋ ਮੈਨੂੰ ਪਤਾ ਲੱਗ ਗਿਆ, ਅਤੇ ਇਸ ਤੋਂ ਬਾਅਦ ਮੈਂ ਜਾਊਂਗਾ ਹੁਣ ਜਲੰਧਰ, ਅਤੇ ਜਲੰਧਰ ਅਤੇ ਕੱਲ੍ਹ ਨੂੰ ਆਪਣਾ ਉਪਵਾਸ ਹੈ ਖਟਕੜ ਕਲਾਂ, ਉਸ ਤੋਂ ਬਾਅਦ ਪਰਸੋਂ ਨੂੰ ਮੇਰਾ ਮੇਰੇ ਖਿਆਲ 'ਚ 8 ਨੂੰ ਕੁਰੂਕਸ਼ੇਤਰ ਹੈ, ਫਿਰ ਮੇਰਾ ਗੁਜਰਾਤ ਹੈ, ਜਿੱਥੇ ਕਹਿਣਗੇ ਉੱਥੇ ਜਾਊਂਗਾ, ਪਰ ਇਸ ਗੱਲ ਦਾ ਮਾਣ ਮਹਿਸੂਸ ਤੁਹਾਨੂੰ ਕਰਾਊਂਗਾ, ਭਾਵੇਂ ਗੁਜਰਾਤ 'ਚ ਫਿਰਦਾ ਹੋਵਾਂ, ਭਾਵੇਂ ਆਸਾਮ 'ਚ ਫਿਰਦਾ ਹੋਵਾਂ, ਕਿ ਉਹ ਫਿਰਦਾ ਸਾਡੇ ਵਾਲਾ ਜਿਹੜਾ ਸਤੌਜ ਪਿੰਡ ਦੇ ਟੋਬਿਆਂ ਦੇ ਵਿੱਚ ਮੈਸਾਂ ਦੀਆਂ ਪੂਛਾਂ ਫੜ ਕੇ ਤੈਰਨਾ ਸਿੱਖਿਆ, ਅੱਜ ਉਹ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਬਣ ਕੇ ਪੂਰੇ ਦੇਸ਼ ਦੇ ਵਿੱਚ ਅਸੀਂ ਸੱਚਾਈ ਅਤੇ ਇਮਾਨਦਾਰੀ ਦਾ ਝੰਡਾ ਬਰਦਾਰ ਹੋ ਕੇ ਜਾਵਾਂਗੇ। ਦੋਨਿਆਂ ਤੋਂ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ, ਥੋੜ੍ਹਾ ਜਿਹਾ ਹੋਰ ਉੱਚੀ ਚੱਕ ਦਿਓ, ਇਨਕਲਾਬ, ਬੋਲੇ ਸੋਨਿਹਾਲ। ਤੁਸੀਂ ਇੰਨੇ ਪਿਆਰ ਸਤਿਕਾਰ ਨਾਲ ਮੈਨੂੰ ਸੁਣਿਆ, ਸਤਿ ਸ੍ਰੀ ਅਕਾਲ, ਆਰਾਮ ਨਾਲ ਜਾਇਓ, ਹੌਲੀ ਜਾਇਓ। ਲੋਕੋ ਕੋ ਅਕਸਰ ਕਹਿਤੇ ਸੁਣਾ ਹੈ, ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਤੁਹਾਡੇ ਕੋਲੇ ਆਊਂਗਾ, ਤੁਹਾਡੇ ਪਿੰਡਾਂ 'ਚ ਆਊਂਗਾ, ਕਿੱਥੋਂ ਦੀ ਜਿਹੜਾ ਰੋਡ ਸ਼ੋ ਲੈ ਕੇ ਜਾਣਾ, ਕਿਹੜੇ ਬਾਜ਼ਾਰ ਵਿੱਚ ਦੀ ਲੈ ਕੇ ਜਾਣਾ, ਕਿਹੜੀ ਮੰਡੀ 'ਚ ਖੜਨਾ, ਕਿੱਥੇ ਬਾਜ਼ਾਰ 'ਚ ਜਾਣਾ, ਮੈਂ ਤੁਹਾਡੇ ਨਾਲ ਰਹੂੰਗਾ, ਤੁਸੀਂ ਫੈਸਲਾ ਕਰੋਗੇ, ਅਤੇ ਆਪਾਂ 13-0 ਕਰਕੇ 4 ਜੂਨ ਨੂੰ ਜਿਹੜਾ ਉਹ ਇੱਕ ਪੰਜਾਬ ਦੇ ਨਹੀਂ ਦੇਸ਼ ਦੀ ਹਿਸਟਰੀ ਦੇ ਵਿੱਚ ਇੱਕ ਨਵਾਂ ਇਤਿਹਾਸ ਲਿਖਾਂਗੇ। ਜਾਉਂਦੇ ਵਾਸਤੇ ਰਹੋ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਆਰਾਮ ਨਾਲ ਜਾਇਓ, ਹੌਲੀ ਜਾਇਓ, ਬਹੁਤ ਬਹੁਤ ਧੰਨਵਾਦ।